ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ, ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਏ, ਦਰਸਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਇ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਗਾਂ ਦੇਸ਼ਾਗੋ, ਜਿਸ ਪਾਸ ਬੈਠਿਆ ਸੋ ਕੀਐ, ਸਭਨਾਂ ਦਾ ਵੇਸਾਗੋ। ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਰਹੋ, ਅੰਤ ਅਰ ਆਤ ਕਬੀਰ ਚਰਨ ਕਮਲ ਕੀ ਮੌਜ ਕੋ, ਕਹਿ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ, ਦੇਖਾ ਹੀ ਪਰਵਾਨ, ਕਬੀਰ ਦੇਖ ਕੈ ਕਹਿ ਕਹਿਓ, ਕਹਿ ਨ ਕੋ ਪਤਿਆਏ, ਹਰ ਜੈਸਾ ਤੈਸਾ ਉਹੀ, ਰਹੋ ਹਰਖ ਗੁਣ ਗਾਇ। ਕਬੀਰ ਚੁਗੈ ਚਤਾਰੈ ਪੀ ਚੁਗੈ, ਚੁਗ ਚੁਗ ਚਿਤਾਰੇ, ਜੈਸੇ ਉਚਰਹਿ ਕੁੰਜ ਮਨ, ਮਾਇਆ ਮਮਤਾ ਰੇ। ਕਬੀਰ ਅੰਬਰ ਕਨ ਹਰ ਸਾਇਆ, ਬਿਰਖ ਪਰੈ ਸਰਤਾਲ, ਚਾਤ੍ਰਿਕ ਜਿਉਂ ਤਰਸਤ ਰਹੇ, ਤਿਨਕੋ ਕੌਨ ਹਵਾਲ। ਕਬੀਰ ਚਕੈ ਜੋਨਿਸ ਵਿਸਰੈ, ਆਏ ਮਿਲੈ ਪਰਵਾਰ, ਜੋ ਨਰ ਵਿਸਰੈ ਰਾਮ ਸਿਉ,
ਨਾਦਨ ਮਿਲੈ ਨਾ ਰਾਤ, ਕਬੀਰ ਚੱਕੇ ਜੋ ਨਿਸ ਵਿਸਰੈ, ਆਏ ਮਿਲੈ ਪਰਵਾਰ, ਜੋ ਨਰ ਵਿਸਰੈ ਰਾਮ ਸਿਉ, ਨਾ ਦਿਨ ਮਿਲੈ ਨਾ ਰਾਤ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਜੋ ਆਪਾਂ ਅੰਮ੍ਰਿਤ ਵੇਲੇ ਤੋਂ ਹੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਦਾ ਆਨੰਦ ਪ੍ਰਾਪਤ ਕਰ ਰਹੇ ਹਾਂ। ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਕੇ ਬੈਠਣਾ, ਵਾਹਿਗੁਰੂ ਜੀ ਦੀ ਬਾਣੀ ਦਾ ਪੂਰਨ ਤੌਰ 'ਤੇ ਲਾਹਾ ਲੈਣਾ, ਇਹ ਕਿਸੇ ਕਰਮਾਂ ਵਾਲੇ ਦੇ ਹਿੱਸੇ ਹੀ ਆਉਂਦਾ ਹੈ। ਨਹੀਂ ਤਾਂ ਸਾਧ ਸੰਗਤ ਜੀ, ਕਲਯੁਗ ਇਤਨੀਆਂ ਤੱਤੀਆਂ ਹਵਾਵਾਂ ਦੇ ਵਿੱਚ ਵਗਦਾ, ਕਲਯੁਗ ਦੇ ਵਿੱਚ ਸਾਧ ਸੰਗਤ ਜੀ ਇਸ ਜੀਵ ਦਾ ਮਨ ਨਹੀਂ ਕਰਦਾ ਕਿ ਬੰਦਗੀ ਵਾਲੇ ਪਾਸੇ, ਭਜਨ ਵਾਲੇ ਪਾਸੇ, ਸਿਮਰਨ ਵਾਲੇ ਪਾਸੇ ਲੱਗੇ। ਕੋਈ ਕਰਮਾਂ ਵਾਲਾ ਸਮਾਂ ਆਉਂਦਾ ਹੈ, ਭਾਗਾਂ ਵਾਲਾ ਟਾਈਮ ਆਉਂਦਾ ਹੈ, ਜਦੋਂ ਧਰਤੀ ਦੇ ਸੁੱਤੇ ਭਾਗ ਜਾਗਦੇ ਹੈ, ਜਦੋਂ ਪਰਿਪੂਰਨ ਪਰਮੇਸ਼ਰ ਦਇਆਲ ਹੁੰਦੇ ਹੈ। ਕੱਲ੍ਹ ਵੀ ਆਪਾਂ ਇਸ ਧਰਤੀ 'ਤੇ ਹੀ ਸਾਂ, ਇਸ ਕਮਰੇ ਵਿੱਚ ਹੀ ਸਾਂ, ਇਸ ਬੈੱਡ ਨੂੰ ਦੇਖ ਰਹੇ ਸਾਂ, ਇਹਨਾਂ ਗਦੈਲਿਆਂ ਨੂੰ ਦੇਖ ਰਹੇ ਸਾਂ। ਕੱਲ੍ਹ ਕਿਹਨਾਂ ਨੇ ਸਾਧ ਸੰਗਤ ਜੀ ਇਸ ਕਮਰੇ ਨੂੰ ਮੱਥਾ ਟੇਕਿਆ? ਵਿਚਾਰਨ ਯੋਗ ਵਿਚਾਰ ਹੈ, ਇਸ ਕਮਰੇ ਨੂੰ ਕੱਲ੍ਹ ਕੋਈ ਮੱਥਾ ਟੇਕ ਰਿਹਾ ਸੀ? ਇਸ ਬੈੱਡ ਨੂੰ ਕੋਈ ਮੱਥਾ ਟੇਕ ਰਿਹਾ ਸੀ? ਨਹੀਂ। ਸਾਡੇ ਮਹਿੰਗੇ ਮਹਿੰਗੇ ਵਸਤਰ ਪਾਏ ਹੋਣ, ਉਹਨੂੰ ਕੋਈ ਸਾਹਿਬ ਨਹੀਂ ਕਹਿੰਦਾ। ਗੁਰੂ ਸਾਹਿਬ ਜੀ ਦਾ ਰੁਮਾਲਾ ਸਾਹਿਬ, ਪਲਕਾਂ ਸਾਹਿਬ, ਮੰਜੀ ਸਾਹਿਬ, ਚਾਹੇ ਸਾਧ ਸੰਗਤ ਜੀ 500,000 ਰੁਪਈਏ ਦਾ ਹੀ ਹੋਵੇ, ਅਸੀਂ ਇਹ 2 ਮੀਟਰ ਦੇ ਰੁਮਾਲੇ ਨੂੰ ਰੁਮਾਲਾ ਸਾਹਿਬ ਕਹਿ ਕੇ ਬੁਲਾਉਂਦੇ ਹਾਂ। ਅਸੀਂ ਇਕੱਲਾ ਰੁਮਾਲਾ ਜੇ ਕੋਈ ਕਹਿ ਦੇਵੇ ਨਾ, ਉਹਨੂੰ ਕਹਿੰਦੇ ਬੋਲਣਾ ਨਹੀਂ ਆਉਂਦਾ। ਪਲਕਾਂ ਛੋਟੀਆਂ ਛੋਟੀਆਂ ਹੁੰਦੀਆਂ, 1 ਮੀਟਰ ਕੱਪੜੇ 'ਚ 2 ਬਣ ਜਾਂਦੀਆਂ ਨੇ। ਅਸੀਂ ਇੰਨੇ ਪ੍ਰੇਮ ਅਦਬ ਦੇ ਨਾਲ ਦੋਨੋਂ ਹੱਥਾਂ ਦੇ ਨਾਲ ਚੁੱਕਦੇ ਹਾਂ, ਔਰ ਬੜੇ ਪ੍ਰੇਮ ਦੇ ਨਾਲ ਅਸੀਂ ਪਲਕਾਂ ਪਲਕਾਂ ਸਾਹਿਬ ਕਹਿੰਦੇ ਹਾਂ, ਰੁਮਾਲਾ ਸਾਹਿਬ ਕਹਿੰਦੇ ਹਾਂ। ਜਦੋਂ ਜਦੋਂ ਸਾਡੇ ਕਰਮ ਬਦਲਦੇ ਨੇ ਨਾ, ਜਦੋਂ ਜਦੋਂ ਅਸੀਂ ਪਾਪ ਕਰਮਾਂ ਦੇ ਵਿੱਚੋਂ ਬਦਲ ਕੇ ਪਰਮੇਸ਼ੁਰ ਦੇ ਨਾਮ ਦੇ ਵਿੱਚ ਪਰਿਵਰਤ ਹੁੰਦੇ ਹਾਂ, ਪਰਮੇਸ਼ੁਰ ਦੀ ਬੰਦਗੀ ਦੇ ਵਿੱਚ ਤਬਦੀਲ ਹੁੰਦੇ ਹਾਂ,
ਪਹਿਲਾਂ ਤਾਂ ਅਗਲਾ ਓਏ ਕਹਿ ਕੇ ਬੁਲਾਉਂਦਾ ਹੈ। ਜਦੋਂ ਅਸੀਂ ਗੁਰੂ ਵਾਲੇ ਬਣ ਜਾਂਦੇ ਕਾ ਅੰਮ੍ਰਿਤ ਧਾਰੀ ਹੋ ਗਏ, ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕਰਵਾਉਣਾ ਸਿੱਖ ਲਿਆ, ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਪੜ੍ਹਨੀਆਂ ਸਿੱਖ ਲਈਆਂ, ਸ਼ਾਮ ਦੇ ਸਮੇਂ ਰਹਿਰਾ ਸਾਹਿਬ ਦਾ ਪਾਠ ਕਰਨਾ ਸਿੱਖ ਲਿਆ, ਜਦੋਂ ਇਸ ਤਰ੍ਹਾਂ ਦੇ ਅਨਮੋਲ ਗਹਿਣੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਖਤਿਆਰ ਕਰ ਲਏ ਸਾਧ ਸੰਗਤ ਜੀ, ਫਿਰ ਅਸੀਂ ਵੀ ਸਾਹਿਬ ਹੋ ਜਾਂਦੇ ਹਾਂ, ਫਿਰ ਸਾਡਾ ਜੀਵਨ ਵੀ ਸਾਹਿਬ, ਕੋਈ ਭਾਈ ਸਾਹਿਬ ਕਹਿੰਦਾ ਹੈ, ਕੋਈ ਮਹਾਂਪੁਰਖੋ ਕਹਿੰਦਾ ਹੈ, ਕੋਈ ਗੁਰਮੁਖੋ ਕਹਿੰਦਾ ਹੈ, ਕੋਈ ਬਾਬਾ ਜੀ ਕਹਿੰਦਾ ਹੈ, ਕੋਈ ਸੰਤ ਜੀ ਕਹਿੰਦਾ ਹੈ, ਜਾਣੀ ਇਨਸਾਨ ਉਹੀ ਹੁੰਦਾ ਹੈ ਜਦੋਂ ਪਰਿਪੂਰਨ ਪਰਮੇਸ਼ਰ ਦੀ ਯਾਦ ਵਿੱਚ ਜੁੜਨਾ ਸ਼ੁਰੂ ਕਰ ਦੇਵੇ, ਬੰਦਗੀ ਵਾਲਾ ਜੀਵਨ ਸ਼ੁਰੂ ਕਰ ਦੇਵੇ, ਤਾਂ ਉਹੀ ਜੀਵ ਸਾਹਿਬ ਬਣ ਜਾਂਦਾ ਹੈ। ਸਾਹਿਬ ਦੇ ਨਾਲ ਜੁੜ ਕਰਕੇ ਇਹ ਜੀਵ ਸਾਹਿਬ ਬਣ ਜਾਂਦਾ ਹੈ। ਸੋ ਕਹਿਣ ਤੋਂ ਭਾਵ ਕਿ ਸਾਡਾ ਆਇਆ ਸਫਲਾ ਹੋ ਸਕਦਾ ਹੈ ਕਦੋਂ, ਜਦੋਂ ਅਸੀਂ ਬੰਦਗੀ ਦੇ ਵਿੱਚ ਪ੍ਰਵਿਰਤ ਹੋ ਜਾਵਾਂਗੇ, ਜਦੋਂ ਅਸੀਂ ਨਾਮ ਦੇ ਵਿੱਚ ਪ੍ਰਵਿਰਤ ਹੋ ਜਾਵਾਂਗੇ, ਭਜਨ ਦੇ ਵਿੱਚ ਪ੍ਰਵਿਰਤ ਹੋ ਜਾਵਾਂਗੇ। ਜਿੰਨੀ ਦੇਰ ਤੱਕ ਅਸੀਂ ਕਰਾਂਗੇ ਮਨ ਦੀ ਮਰਜ਼ੀ, ਹੰਕਾਰ ਦੀ ਮਰਜ਼ੀ, ਈਗੋਇਸਟ ਦੇ ਵਿੱਚ ਚੱਲਾਂਗੇ, ਓਨੀ ਦੇਰ ਤੱਕ ਸਾਡਾ ਕੁਝ ਨਹੀਂ ਬਣ ਸਕਦਾ। ਓਨੀ ਦੇਰ ਤੱਕ ਤਾਂ ਅਸੀਂ ਜਿੰਨਾ ਮਰਜ਼ੀ ਮਾਣ ਕਰੀ ਜਾਈਏ, ਹੰਕਾਰ ਕਰੀ ਜਾਈਏ, ਸਾਡਾ ਕਿਸੇ ਕੰਮ ਨਹੀਂ ਆਉਣਾ। ਜਦੋਂ ਮੈਂ ਮੇਰੀ ਨੂੰ ਮਾਰ ਦਿੱਤਾ, ਹਉਮੈ ਹੰਕਾਰ ਨੂੰ ਖਤਮ ਕਰ ਦਿੱਤਾ, ਭਜਨ ਬੰਦਗੀ ਅਤੇ ਸਿਮਰਨ ਵਾਲਾ ਜੀਵਨ ਸ਼ੁਰੂ ਕਰ ਦਿੱਤਾ ਸਾਧ ਸੰਗਤ ਜੀ, ਉਸੇ ਵੇਲੇ ਪਤਾ ਲੱਗ ਜਾਏਗਾ ਕਿ ਇਸ ਜੀਵ ਦਾ ਜੀਵਨ ਬਦਲ ਚੁੱਕਿਆ ਹੈ, ਇਹ ਜੀਵ ਬੰਦਗੀ ਵਿੱਚ ਪ੍ਰਵਿਰਤ ਹੋ ਗਿਆ ਹੈ, ਹੁਣ ਇਹ ਉਹੀ ਨਹੀਂ ਰਿਹਾ, ਹੁਣ ਇਸ 'ਤੇ ਪਰਿਪੂਰਨ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਰੰਪਾਰ ਕਿਰਪਾ ਹੋ ਚੁੱਕੀ ਹੈ। ਇਹਨਾਂ ਹੀ ਬਚਨਾਂ ਦੁਆਰਾ ਜਿਵੇਂ ਜਿਵੇਂ ਸਤਿਗੁਰੂ ਸਾਨੂੰ ਗਿਆਨ ਕਰਵਾਉਂਦੇ ਨੇ, ਆਪਾਂ ਐਕਸਪਲਾਨੇਸ਼ਨ ਲੈ ਲਈਏ, ਔਰ ਜਿਵੇਂ ਜਿਵੇਂ ਸੱਚੇ ਪਾਤਸ਼ਾਹ ਸਾਨੂੰ ਬੰਦਗੀ ਦਾ ਗਿਆਨ ਕਰਵਾਉਂਦੇ ਹੈ, ਬੰਦਗੀ ਦੇ ਨਾਲ ਜੋੜਦੇ ਹੈ, ਗੁਰਬਾਣੀ ਦੇ ਅਰਥ ਕੀ ਨੇ, ਸਾਨੂੰ ਕੀ ਗਿਆਨ ਪ੍ਰਾਪਤ ਹੋ ਰਿਹਾ ਹੈ, ਇਹ ਸਾਰੇ ਵਿਚਾਰ ਆਪਾਂ ਅੱਜ ਦੇ ਭਗਤ ਕਬੀਰ ਸਾਹਿਬ ਜੀ ਦੇ ਲੜੀਵਾਰ ਜੋ ਸਲੋਕ ਆਪਾਂ ਹਰ ਰੋਜ਼ ਵਿਚਾਰਦੇ ਹਾਂ, ਅੱਜ ਵੀ ਸਤਿਗੁਰਾਂ ਨੇ ਸਮਾਂ ਬਖਸ਼ਿਆ ਹੈ, ਆਪਾਂ ਅੱਜ ਵੀ ਪੂਰਾ ਲਾਕਾ ਪ੍ਰਾਪਤ ਕਰੀਏ, ਮਨ ਚਿੱਤ ਬੁੱਧ ਦੀ ਇਕਾਗਰਤਾ ਦੁਆਰਾ ਹੋਣ ਵਾਲੀ ਵਿਚਾਰ ਨੂੰ ਧਿਆਨ ਨਾਲ ਸਰਵਣ ਕਰੀਏ, ਆਪਣਾ ਜੀਵਨ ਸਫਲ ਬਣਾਈਏ। ਸਤਿਗੁਰੂ ਸਾਨੂੰ ਕੀ ਗਿਆਨ ਕਰਵਾਉਂਦੇ ਨੇ, ਮਨ ਚਿੱਤ ਬੁੱਧ ਦੀ ਇਕਾਗਰਤਾ ਦੁਆਰਾ ਚਰਨ ਕਮਲਾਂ ਦੀ ਪ੍ਰੀਤ ਦਾ ਆਨੰਦ, ਚਰਨ ਕਮਲਾਂ ਦਾ ਆਨੰਦ ਕਿਤਨਾ ਹੁੰਦਾ ਹੈ, ਕਿਵੇਂ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਅਸੀਂ ਬਚ ਹੀ ਨਹੀਂ ਸਕਦੇ। ਜਿਵੇਂ ਜਿਵੇਂ ਸਤਿਗੁਰੂ ਸਾਨੂੰ ਗਿਆਨ ਕਰਵਾਉਂਦੇ ਨੇ, ਮਨ ਚਿੱਤ ਬੁੱਧ ਦੀ ਇਕਾਗਰਤਾ ਦੁਆਰਾ ਸਰਵਣ ਕਰਨਾ ਕਰੋ, ਕਬੀਰ ਚਰਨ ਕਮਲ ਕੀ ਮੌਜ ਕੋ।
ਕਹਿ ਕੈਸੇ ਉਨਮਾਨ ਕਹਿ ਕੇ ਬੇਕੋ ਸੁਭਾ ਨਹੀਂ ਦੇਖਾ ਗੀ ਪਰਵਾਨ। ਕਿਸੇ ਪ੍ਰੇਮੀ ਨੇ ਆ ਕੇ ਪੁੱਛਣਾ ਕੀਤਾ, ਬਾਬਾ ਜੀ ਇਹ ਭਗਤ ਕਬੀਰ ਜੀ ਤੁਸੀਂ ਰੋਜ਼ ਰੋਜ਼ 8, 10, 15, 20 ਸੰਗਤਾਂ ਨੂੰ ਕੋਲ ਬਿਠਾ ਕੇ ਬੰਦਗੀ ਦੀਆਂ ਗੱਲਾਂ ਬੜੀਆਂ ਕਰਦੇ ਹੋ, ਭਜਨ ਸਿਮਰਨ ਦੀਆਂ ਗੱਲਾਂ ਬੜੀਆਂ ਕਰਦੇ ਹੋ, ਤੁਸੀਂ ਸਾਨੂੰ ਐਕਸਪਲੇਨੇਸ਼ਨ ਦੇ ਸਕਦੇ ਹੋ ਨਾਮ ਜਪ ਕੇ ਕੀ ਕੁਝ ਪ੍ਰਾਪਤ ਹੋ ਜਾਂਦਾ, ਨਾਮ ਜਪ ਕੇ ਕੀ ਮਿਲਦਾ? ਜਦੋਂ ਨਾਮ ਜਪੀਏ ਤਾਂ ਕਿਤਨਾ ਕੁ ਆਨੰਦ ਆਉਂਦਾ। ਅਸੀਂ ਤਾਂ ਗੁਟਕਾ ਸਾਹਿਬ ਪੋਥੀ ਹੱਥ ਵਿੱਚ ਪਕੜਦੇ ਹਾਂ, ਨਾਲ ਦੀ ਨਾਲ ਨੀਂਦਰ ਆਉਣੀ ਸ਼ੁਰੂ ਹੋ ਜਾਂਦੀ ਹੈ। ਅਸੀਂ ਤਾਂ ਪਰਮੇਸ਼ਰ ਦੇ ਚਰਨ ਕਮਲਾਂ ਵਿੱਚ ਜਾ ਕੇ ਬਹਿੰਦੇ ਹਾਂ, ਉਸੇ ਵੇਲੇ ਆਵਾਸੀਆਂ ਆਉਣ ਲੱਗ ਜਾਂਦੀਆਂ ਨੇ, ਸਿਰ ਅੱਗੇ ਨੂੰ ਡਿੱਗਣ ਲੱਗ ਜਾਂਦਾ ਹੈ, ਨੀਂਦ ਬੜੀ ਆਉਂਦੀ ਹੈ, ਪ੍ਰਯਤਨ ਬੜਾ ਕਰਦੇ ਹਾਂ, ਪਰ ਸਾਡੇ ਤੋਂ ਇਸ ਕਲਯੁਗ ਦੇ ਉੱਤੇ ਜਿੱਤ ਪ੍ਰਾਪਤ ਨਹੀਂ ਹੋ ਕੀਤੀ ਜਾਂਦੀ। ਸਾਨੂੰ ਤਾਂ ਕੋਈ ਸਵਾਦ ਨਹੀਂ ਆਉਂਦਾ ਨਾਮ ਦਾ, ਸਾਨੂੰ ਤਾਂ ਕੋਈ ਸਵਾਦ ਨਹੀਂ ਆਉਂਦਾ ਭਜਨ ਦਾ, ਸਿਮਰਨ ਦਾ, ਬੰਦਗੀ ਦਾ। ਤੁਸੀਂ ਦੱਸ ਸਕਦੇ ਹੋ ਚਰਣਾ ਕਮਲਾਂ ਦੀ ਮੌਜ, ਚਰਣ ਕਮਲਾਂ ਦਾ ਆਨੰਦ ਕਿਤਨਾ ਕੁ ਹੁੰਦਾ? ਕਿਸੇ ਨੇ ਸਵਾਲ ਕਰ ਦਿੱਤਾ, ਕਬੀਰ ਚਰਨ ਕਮਲ ਕੀ ਮੌਜ ਕੋ ਕਹੈ ਕੈਸੇ ਉਨਮਾਨ। ਕੋਈ ਅੰਦਾਜ਼ਾ ਲਾ ਕੇ ਦੱਸੋ ਵੀ ਸਾਨੂੰ ਜੀ 2 ਕਿਲੋ ਸਵਾਦ ਆ ਗਿਆ, ਸਾਨੂੰ ਜੀ 2 ਕਿਲੋਮੀਟਰ ਸਵਾਦ ਆ ਗਿਆ, ਸਾਨੂੰ 10 ਕਿਲੋ ਸਵਾਦ ਆ ਗਿਆ। ਅਨੁਮਾਨ ਲਾ ਕੇ ਦੱਸੋ। ਜਿਵੇਂ ਅੱਜ ਆਪਾਂ ਕਹੀਏ ਮੀਂਹ ਪਿਆ, ਬਾਰਿਸ਼ ਹੋਈ, ਅੱਜ ਤਾਂ ਮੋਟੇ ਵਸਤਰ ਪਾਉਣ ਨੂੰ ਚਿੱਤ ਕਰਦਾ, ਅਨੁਮਾਨ ਲਗਾਤਾ ਨਾ, ਅੰਦਾਜ਼ਾ ਲਗਾ ਦਿੱਤਾ, ਅਨੁਮਾਨ ਅਸੀਂ ਲਗਾ ਦਿੱਤਾ। ਕਹਿ ਪੁੱਛਿਆ ਗਿਆ ਜੀ ਤੁਸੀਂ ਚਰਨ ਕਮਲਾਂ ਵਿੱਚ ਜੁੜ ਕੇ ਬਹਿੰਦੇ ਹੋ, ਤੁਹਾਨੂੰ ਆਨੰਦ ਕਿਤਨਾ ਕੁ ਆਉਂਦਾ ਹੈ, ਕਿਰਪਾ ਕਰਕੇ ਦੱਸੋ। ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ। ਦੱਸੋ ਜੀ ਸਾਨੂੰ, ਤੁਸੀਂ ਭਗਤੀ 'ਚ ਬਹਿੰਦੇ ਹੋ, ਨਾਮ ਵਿੱਚ ਜੁੜਦੇ ਹੋ, ਤੁਹਾਨੂੰ ਕਿਹਾ ਆਨੰਦ ਆਉਂਦਾ? ਹੁਣ ਭਗਤ ਜੀ ਕੀ ਦੱਸਦੇ ਹੈ, ਜੇ ਤਾਂ ਕੋਈ ਖੰਡ ਖਰੀਦਣ ਵਾਲਾ ਆਇਆ ਔਰ ਖੰਡ ਪਹਿਲਾਂ ਛਕਦਾ, ਉਹ ਖੰਡ ਲੈ ਕੇ ਜਾਏਗਾ, ਜਾ ਕੇ ਛਕੇਗਾ, ਉਹ ਦੱਸੇਗਾ ਕਿ ਖੰਡ ਦਾ ਸਵਾਦ ਕੀ ਹੈ। ਜਿਹਨੇ ਖੰਡ ਕਦੇ ਖਾਧੀ ਨਹੀਂ, ਮਿਰਚਾਂ ਖਾਂਦਾ, ਨਮਕੀਨ ਵਸਤੂਆਂ ਪਸੰਦ ਕਰਦਾ, ਉਹ ਖੰਡ ਦਾ ਸਵਾਦ ਹੀ ਨਹੀਂ ਦੱਸ ਸਕਦਾ। ਹੁਣ ਦੱਸਿਆ ਗਿਆ, ਮਹਾਰਾਜ ਕਿਰਪਾ ਕਰਕੇ ਦੱਸੋ, ਕੋਈ ਅੰਦਾਜ਼ਾ ਹੀ ਦੱਸ ਦਿਓ ਕਿੰਨਾ ਕੁ ਸਵਾਦ ਆਉਂਦਾ ਪਰਮੇਸ਼ਰ ਦੇ ਚਰਨਾਂ ਵਿੱਚ ਜੁੜਨ ਦਾ। ਭਗਤ ਜੀ ਕਹਿੰਦੇ, ਸੱਜਣਾ ਤੈਨੂੰ ਕੀ ਦੱਸੀਏ, ਕਿਉਂਕਿ ਭਗਤੀ ਅਸੀਂ ਦੱਸੀਏ ਥੋੜ੍ਹਾ ਜਿਹਾ ਤੁਹਾਨੂੰ, ਕਿਉਂਕਿ ਤੁਹਾਡੇ ਵਿੱਚ ਹੋ ਸਕਦਾ, ਕਿਉਂਕਿ ਕਈ ਪ੍ਰੇਮੀ ਆਉਂਦੇ ਨੇ ਸਾਡੇ ਕੋਲ ਔਰ ਕਹਿੰਦੇ ਨੇ ਨਾਮ ਬਾਰੇ ਦੱਸੋ, ਭਜਨ ਬਾਰੇ। ਸਾਧੂ ਸੰਤਾਂ ਨੂੰ ਉਹ ਬਹੁਤ ਚੰਗੇ ਲੱਗਦੇ ਨੇ ਜਿਹੜੇ ਕਹਿੰਦੇ ਨੇ ਮਨ ਦੀ ਇਕਾਗਰਤਾ ਕਿੱਦਾਂ ਹੋਏ, ਭਜਨ ਕਿੱਦਾਂ ਕਰੀਏ, ਕਿਹੜੇ ਤਰੀਕੇ ਨਾਲ ਨਾਮ ਜਪੀਏ।
ਹੁਣ ਦੁਨਿਆਵੀ ਵਸਤੂਆਂ ਲੈਣ ਵਾਲੇ ਬੜੇ ਆਉਂਦੇ ਹੈ, ਆਈਲੈਟਸ ਦੇ ਵਿੱਚੋਂ ਬੈਂਡ ਲੈਣ ਵਾਲੇ ਬੜੇ ਆਉਂਦੇ ਹੈ, ਨੌਕਰੀਆਂ ਦੀਆਂ ਬੇਨਤੀਆਂ ਬੜੇ, ਸੰਸਾਰੀ ਵਸਤੂਆਂ ਜ਼ਮੀਨਾਂ ਜਾਇਦਾਦਾਂ ਬਹੁਤ ਆਉਂਦੇ ਹੈ। ਕੋਈ 2-3-4 ਸੌ ਤੋਂ ਬਾਅਦ ਇੱਕ ਪ੍ਰੇਮੀ ਆਉਂਦਾ ਹੈ ਜਿਹੜਾ ਆ ਕੇ ਕਹਿੰਦਾ ਕਿਰਪਾ ਕਰਕੇ ਇਹ ਦੱਸੋ, 10 ਦਿਸ ਖੋਜਤ ਮੈਂ ਫਿਰੂੰ, ਜਤ ਪੇਖੋਂ ਤਤ ਸੋਏ, ਮੈਨੂੰ ਤਰੀਕਾ ਦੱਸੋ। ਮਹਾਂਪੁਰਸ਼ ਤਰੀਕਾ ਦੱਸਦੇ ਨੇ, ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਉਹ ਕੋਈ ਕੋਈ ਆ ਕੇ ਪੁੱਛਦਾ ਤੇ ਕਿਸੇ ਕਿਸੇ ਨੂੰ ਦੱਸਦੇ ਨੇ, ਉਹਨੂੰ ਮਹਾਂਪੁਰਖ ਪਤਾ ਕੀ ਕਹਿੰਦੇ ਨੇ, ਤੂੰ ਨਾ ਬੋਲ, ਤੂੰ ਚੁੱਪ ਰਹਿ, ਕਿਉਂਕਿ ਬਾਣੀ ਕਹਿੰਦੀ ਬਿਨ ਬੋਲਿਆ ਸਭ ਕੁਛ ਜਾਣਦਾ ਕਿ ਸਾਗੈ ਕੀ ਚੈ ਅਰਦਾਸ। ਤੂੰ ਕੀ ਬੋਲ ਕੇ ਮੰਗਣਾ ਚਾਹੁੰਦਾ, ਤੂੰ ਦਿਲੋਂ ਸਾਨੂੰ ਯਾਦ ਹੀ ਕਰ ਲੈ। ਗੁਰੂ ਸਾਹਿਬ ਕਹਿੰਦੇ ਤੂੰ ਯਾਦ ਹੀ ਕਰ ਲੈ, ਗੁਰੂ ਤੇਰੇ ਅੰਦਰ ਹੀ ਬੈਠਾ। ਕਾਕੇ ਰੇ ਬੰਨ ਖੋਜਣ ਜਾਈ, ਅਸੀਂ ਦੱਸ ਰਹੇ ਹਾਂ ਤੁਹਾਨੂੰ ਵੀ ਹੁਣ ਨਾਮ ਵਾਲੀ ਸਟੇਜ, ਉਹ ਜਿਹੜੀ ਸਟੇਟ ਆਫ ਮਾਇੰਡ ਹੈ ਨਾ, ਮਨ ਦੀ ਅਵਸਥਾ, ਗੋਇੰਗ ਟੂ ਦਾ ਅਪ ਸਟੇਜ, ਭਗਤੀ ਵਾਲੇ ਪਾਸੇ ਜਿਹੜਾ ਮਨ ਚੱਲ ਪਿਆ। ਹੁਣ ਜੇ ਦੁਨੀਆਂ ਨੂੰ ਇਹ ਗੱਲ ਦੱਸੀਏ, ਦੁਨੀਆਂ ਕੁਝ ਛੱਡੋ ਜੀ, ਨਿੰਦਰ ਪਾ ਦਿੱਤੀ ਤੁਸੀਂ ਤਾਂ ਸਾਨੂੰ, ਇਹ ਗੱਲਾਂ ਨਹੀਂ ਜੀ ਸਮਝ, ਕੋਈ ਕਹਾਣੀ ਸੁਣਾ ਦਿਓ, ਕੋਈ ਸਾਖੀ, ਕੋਈ ਸਟੋਰੀ ਸੁਣਾ ਦਿਓ, ਕਿਸੇ ਸੰਤਾਂ ਭਗਤਾਂ ਦੀ ਹਿਸਟਰੀ ਸੁਣਾ ਦਿਓ, ਬੜਾ ਆਨੰਦ ਬਣੇ। ਤੁਸੀਂ ਡੂੰਘੀਆਂ ਗੱਲਾਂ ਨਾ ਕਰੋ, ਸਾਡੇ ਉੱਪਰੋਂ ਦੀ ਲੰਘਦੀਆਂ, ਪਰ ਸਾਡੇ ਤੇ ਸਾਡੇ ਗੁਰੂ ਨੇ ਕਹੇ ਸੀ ਕਿਰਪਾ ਕੀਤੀ, ਜਿਤਨਾ ਮਰਜ਼ੀ ਗੂੜ ਗਿਆਨ ਹੋਵੇ ਅਸੀਂ ਇਤਨੇ ਸਰਲ ਤਰੀਕੇ ਦੇ ਨਾਲ ਦੱਸਣ ਦੀ ਕੋਸ਼ਿਸ਼ ਕਰਦੇ ਹੁੰਦੇ ਹਾਂ ਵੀ ਸਾਰੀ ਸੰਗਤ ਦੇ ਹਿਰਦੇ ਸਥਾਨ ਵਿੱਚ ਵਸ ਜਾਂਦਾ, ਧਿਆਨ ਦੀ ਲੋੜ ਹੈ। ਹੁਣ ਦੱਸਣ ਲੱਗਦੇ ਨੇ ਸਾਧੂ ਜਨ, ਕਹਿੰਦੇ ਭਾਈ ਜੇ ਅਸੀਂ ਤੁਹਾਨੂੰ ਦੱਸੀਏ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਆਨੰਦ ਕਿੰਨਾ ਕਹਾਉਂਦਾ। ਕਹਿੰਦੇ ਦੱਸੋ ਤਾਂ ਸਹੀ। ਕਹਿੰਦੇ ਜਦੋਂ ਅਸੀਂ ਚੌਂਕੜਾ ਮਾਰ ਕੇ ਬੈਠਦੇ ਹਾਂ ਨਾ, ਅੱਖਾਂ ਬੰਦ ਕਰ ਲੈਂਦੇ ਹਾਂ, ਸਾਡੀ ਰਸਨਾ ਅਤੇ ਸਾਡੇ ਬੁੱਲ ਖਿਲਦੇ ਨੇ, ਆਵਾਜ਼ ਬਾਹਰ ਆਉਂਦੀ ਹੈ, ਕੰਨਾਂ ਨੂੰ ਸੁਣਦੀ ਆਵਾਜ਼ ਸਰੀਰ ਦੇ ਸਾਰੇ ਰੋਮਾਂ ਨੂੰ, 3.5 ਕਰੋੜ ਰੋਮ ਤੱਕ ਆਵਾਜ਼ ਪਹੁੰਚਦੀ ਹੈ। ਅਸੀਂ ਜਦੋਂ ਮੁੱਖ ਤੋਂ ਕਹਿੰਦੇ ਹਾਂ ਨਾ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ, ਅਸੀਂ ਬੋਲਦੇ ਹਾਂ, ਸਾਡਾ ਸਰੀਰ ਸੁਣਦਾ, ਕੁਦਰਤੀ ਵਿਚਾਰ ਵੀ ਇਸ ਤਰ੍ਹਾਂ ਦੀ ਆਈ ਹੈ। ਔਰ ਤੁਹਾਡੇ ਇੱਥੇ ਨਗਰ 'ਚ ਲਾਡੇਵਾਲ ਦੇ ਵਿੱਚ ਤੁਸੀਂ ਦੱਸਦੇ ਹੋ ਕਿ ਰੋਜ਼ ਸ਼ਾਮ ਨੂੰ ਤੁਸੀਂ 1 ਘੰਟਾ ਸਿਮਰਨ ਵੀ ਕਰਦੇ ਹੋ ਸਕਦਾ ਹੈ ਸੱਚੇ ਪਾਤਸ਼ਾਹ ਨੇ ਇਹ ਸਲੋਕ ਆਪ ਜੀ ਦੇ ਵਾਸਤੇ ਗੋਡ ਗਿਫਟ ਕੀਤਾ ਹੋਏ ਵੀ ਅਸੀਂ ਰੋਜ਼ ਸਿਮਰਨ ਕਰਦੇ ਹਾਂ। ਕਈਆਂ ਦਾ ਤਾਂ ਮਨ ਲੱਗਦਾ, ਕਈਆਂ ਦਾ ਮਨ ਹੀ ਨਹੀਂ ਲੱਗਦਾ। ਜਿਨ੍ਹਾਂ ਦਾ ਮਨ ਲੱਗਦਾ ਅਸੀਂ ਉਹਨਾਂ ਬਾਰੇ ਪਹਿਲਾਂ ਦੱਸ ਰਹੇ ਹਾਂ, ਜਿਨ੍ਹਾਂ ਦਾ ਨਹੀਂ ਲੱਗਦਾ ਸੁਣ ਕੇ ਉਹਨਾਂ ਦਾ ਵੀ ਲੱਗਣ ਲੱਗ ਜਾਏਗਾ। ਪਹਿਲਾਂ ਅਸੀਂ ਚੌਂਕੜਾ ਮਾਰਦੇ ਹਾਂ, ਦੋਨੋਂ ਪੈਰਾਂ ਦੇ ਗਿੱਟਿਆਂ ਨੂੰ ਅਸੀਂ 1 ਸੇਹ ਦੇ ਵਿੱਚ ਕਰ ਲੈਂਦੇ ਹਾਂ, ਵੱਡੀ ਚੌਂਕੜੀ ਲਗਾ ਕੇ ਬੈਠਦੇ ਹਾਂ।
ਇਹ ਉਹਨਾਂ ਵਾਸਤੇ ਜਿਹੜੇ ਪ੍ਰੋਪਰ ਤਿਆਰ ਨੇ, ਜਿਹੜੇ ਤਰਨ ਅਵਸਥਾ ਦੇ ਵਿੱਚ ਨੇ, ਜਿਹੜੇ ਟੂਹੀ ਦਾ ਵਲ ਕੱਢ ਕੇ ਬੈਠ ਸਕਦੇ ਨੇ, ਜਿਹੜੇ ਆਪਣੀਆਂ ਦੋਨੋਂ ਬਾਹਾਂ ਨੂੰ ਦੋਨੋਂ ਗੋਡਿਆਂ ਤੋਂ ਦੀ ਲੰਮੀਆਂ ਕਰਕੇ ਬੈਠ ਸਕਦੇ ਨੇ, ਅਸੀਂ ਉਹਨਾਂ ਨੂੰ ਦੱਸ ਰਹੇ ਹਾਂ ਗਿਆਨ ਸਾਡੇ ਵਾਸਤੇ ਵੀ ਹੈ, ਤੁਹਾਡੇ ਵਾਸਤੇ ਵੀ ਹੈ। ਚੌਂਕੜਾ ਮਾਰ ਕੇ ਬੈਠਣਾ, ਰਸਨਾ ਦੇ ਨਾਲ ਨਾਮ ਜਪਣਾ, ਇੱਕ ਵਾਰੀ ਵਾਹਿਗੁਰੂ ਕਿਹਾ ਇੱਕ ਗੁਣਾ ਫਲ ਦੀ ਪ੍ਰਾਪਤੀ ਹੋ ਗਈ। ਕਬੀਰ ਜੀ ਦੱਸ ਰਹੇ ਨੇ ਉਹ ਜਿਹੜੇ ਪੁੱਛਣ ਆਏ ਸੀ ਉਹ ਇਸ ਮਾਰਗ ਦੇ ਪੰਧ ਨਹੀਂ ਹੈਗੇ ਸੀ, ਇਸ ਮਾਰਗ ਦਾ ਪਤਾ ਹੀ ਨਹੀਂ ਸੀ ਹੈਗਾ ਉਹਨਾਂ ਨੂੰ, ਕੇਵਲ ਸਵਾਦ ਲੈਣ ਵਾਲੇ ਸੀ ਵੀ ਬਾਬਿਆਂ ਕੋਲ ਚੱਲਦੇ ਹਾਂ, ਦਸ ਮਿੰਟ ਟਾਈਮ ਪਾਸ ਕਰਾਂਗੇ, ਕਰਨਾ ਕਰਾਉਣਾ ਕਿਸੇ ਨੇ ਕੁਛ ਵੀ ਨਹੀਂ ਹੁੰਦਾ, ਬਸ ਟਾਈਮ ਪਾਸ ਕਰਾਂਗੇ ਉਹਨਾਂ ਦੀ ਗੱਲ। ਹੁਣ ਜਦੋਂ ਬਾਬਾ ਜੀ ਦੱਸਣ ਲੱਗ ਗਏ ਕਹਿੰਦੇ ਫਿਰ ਤੁਹਾਡੀ ਅਵਸਥਾ ਅੱਗੇ ਚੱਲਦੀ ਹੈ, ਇੱਥੇ ਤੁਹਾਡੀ ਅਵਸਥਾ ਨਹੀਂ ਟਿਕੇਗੀ, ਤੁਹਾਡਾ ਮਨ ਆਊਟ ਆਫ ਕੰਟਰੋਲ ਹੀ ਰਹੇਗਾ, ਤੁਹਾਨੂੰ ਬਾਹਰ ਵਾਰ ਹੀ ਪਤਾ ਲੱਗੇਗਾ, ਕਦੇ ਧਿਆਨ ਘਰ ਵਿੱਚ, ਕਦੇ ਡੰਗਰਾਂ ਪਸ਼ੂਆਂ ਦੇ ਵਿੱਚ। ਅੱਜ ਲੋਕਾਂ ਨੇ ਸ਼ਿਕਾਇਤ ਕਰ ਦਿੱਤੀ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ, ਆਪਾਂ ਸਾਢੇ 500 ਸਾਲਾਂ ਮਨਾ ਰਹੇ ਹਾਂ ਨਾ, ਨਾਲ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀਆਂ ਦਾ ਅਵਤਾਰ ਦਿਖਾੜਾ 550 ਸਾਲਾਂ, ਕੰਪਲੇਨ ਕਰ ਦਿੱਤੀ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਜਿੱਦਣ ਦੇ ਨਦੀ ਦੇ ਵਿੱਚੋਂ ਬਾਹਰ ਆਏ ਨੇ, ਕਹੀ ਜਾਂਦੇ ਨੇ ਨਾ ਕੋਈ ਹਿੰਦੂ ਹੈ ਨਾ ਮੁਸਲਮਾਨ ਹੈ, ਉਹਨਾਂ ਨੇ ਜਾ ਕੇ ਕੰਪਲੇਨ ਕਰ ਦਿੱਤੀ। ਹੁਣ ਉਸ ਵੇਲੇ ਬੁਲਾਇਆ ਗਿਆ ਕਚਹਿਰੀ ਦੇ ਵਿੱਚ, ਮਹਾਰਾਜ ਕਿਰਪਾ ਕਰੋ ਸਾਨੂੰ ਗਿਆਨ ਕਰਾਓ, ਹਿੰਦੂ ਅਤੇ ਮੁਸਲਮਾਨ ਇੱਕ ਕਿਵੇਂ ਨੇ, ਤੁਸੀਂ ਇੱਕ ਕਿੱਦਾਂ ਕਹਿੰਦੇ ਹੋ। ਸਤਿਗੁਰੂ ਕਹਿਣ ਲੱਗੇ ਗੱਲ ਸੁਣੋ, ਹਿੰਦੂ ਅਤੇ ਮੁਸਲਮਾਨ ਇੱਕ ਹੀ ਨੇ, ਨਾ ਮੈਂ ਹਿੰਦੂ ਹਾਂ ਨਾ ਮੁਸਲਮਾਨ ਹਾਂ। ਕਹਿੰਦੇ ਜੇ ਤੁਸੀਂ ਕਹਿੰਦੇ ਹੋ ਕਿ ਮੁਸਲਮਾਨ ਅਤੇ ਹਿੰਦੂ ਇੱਕ ਨੇ, ਚਲੋ ਸਾਡੇ ਨਾਲ ਮਸੀਤ ਵਿੱਚ ਚੱਲ ਕੇ ਨਮਾਜ਼ ਪੜ੍ਹੋ ਸਾਡੇ ਨਾਲ। ਸਤਿਗੁਰੂ ਕਹਿੰਦੇ ਚਲੋ ਸਾਡੇ ਵਾਸਤੇ ਸਭ ਏਕ ਹੈ। ਐਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਅੱਗੇ ਸਾਰੇ ਜਾਣੇ ਕਾਜੀ ਹੈ, ਰਾਜਾ ਹੈ, ਔਰ ਦੂਸਰੀ ਲਾਈਨ ਵਿੱਚ ਸਾਰੀ ਸੰਗਤ ਨਮਾਜ਼ ਪੜ੍ਹਨ ਵਾਲੇ ਸਤਿਗੁਰੂ ਸਭ ਤੋਂ ਪਿੱਛੇ ਖੜੇ ਨੇ, ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਸਾਰੇ ਜਾਣੇ ਖੜੇ ਜਦੋਂ ਨਮਾਜ਼ ਪੜ੍ਹ ਰਹੇ ਨੇ। ਸਤਿਗੁਰਾਂ ਨੇ ਨਮਾਜ਼ ਨਾ ਪੜ੍ਹੀ, ਸਾਰੇ ਜਾਣੇ ਨੇ ਨਮਾਜ਼ ਪੜ੍ਹੀ, ਕੋਡੇ ਸਿੱਧੇ ਹੋਏ, ਹੁਣ ਕਹਿਣ ਲੱਗ ਗਏ ਕਹਿੰਦੇ ਗੱਲ ਸੁਣੋ ਜੀ, ਜਦੋਂ ਨਮਾਜ਼ ਪੜ੍ਹ ਕੇ ਖਟੇ, ਗੱਲ ਸੁਣੋ ਜੀ, ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਤੁਹਾਨੂੰ। ਸੱਚੇ ਪਾਤਸ਼ਾਹ ਕਹਿੰਦੇ ਦੱਸੋ ਕੀ ਬੇਨਤੀ ਕਰਨੀ ਚਾਹੁੰਦੇ ਹੋ ਤੁਸੀਂ ਸਾਨੂੰ। ਕਹਿੰਦੇ ਜੇ ਅਸੀਂ ਪੁੱਛਣਾ ਚਾਹੁੰਦੇ ਹਾਂ, ਜੇ ਤੁਹਾਨੂੰ ਨਮਾਜ਼ ਪੜ੍ਹਨੀ ਨਹੀਂ ਆਉਂਦੀ ਤਾਂ ਤੁਸੀਂ ਕਿਰਪਾ ਕਰਕੇ ਸਾਨੂੰ ਦੱਸੋ, ਫਿਰ ਤੁਸੀਂ ਇੱਥੇ ਆਏ ਕੀ ਕਰਨ ਵਾਸਤੇ ਹੋ। ਜੇ ਤੁਹਾਨੂੰ ਨਮਾਜ਼ ਪੜ੍ਹਨੀ ਆਉਂਦੀ ਨਹੀਂ, ਤੁਸੀਂ ਨਾ ਆਉਂਦੇ ਇੱਥੇ। ਸਤਿਗੁਰੂ ਕਹਿੰਦੇ ਕਿਉਂ, ਕਿਆ ਗੱਲ ਹੋ ਗਈ, ਮੈਨੂੰ ਕਿਉਂ ਨਹੀਂ ਨਮਾਜ਼ ਪੜ੍ਹਨੀ ਆਉਂਦੀ, ਮੈਨੂੰ ਆਉਂਦੀ ਹੈ ਨਮਾਜ਼ ਪੜ੍ਹਨੀ। ਕਹਿੰਦੇ ਜੀ ਸਾਡੇ ਨਾਲ ਨਮਾਜ਼ ਨਹੀਂ ਪੜ੍ਹੀ ਤੁਸੀਂ। ਸਤਿਗੁਰੂ ਕਹਿੰਦੇ ਕੌਣ ਪੜ੍ਹਦਾ ਸੀ ਨਮਾਜ਼? ਬਾਦਸ਼ਾਹ ਕਹਿੰਦਾ ਮੈਂ ਪੜ੍ਹਦਾ ਸੀ।
ਮੈਂ ਪੜ੍ਹਦਾ ਸੀ, ਕਾਜੀ ਕਹਿੰਦਾ ਮੈਂ ਵੀ ਪੜ੍ਹੀ ਹੈ, ਅਸੀਂ ਦੋਨਾਂ ਨੇ ਨਮਾਜ਼ ਪੜ੍ਹੀ। ਸਤਿਗੁਰੂ ਤੁਸੀਂ ਨਮਾਜ਼ ਹੀ ਨਹੀਂ ਪੜ੍ਹੀ। ਸਤਿਗੁਰੂ ਸੱਚੇ ਪਾਤਸ਼ਾਹ ਕਾਜੀ ਨੂੰ ਕਹਿੰਦੇ, ਉਹ ਕਾਜੀ ਤੇਰੇ ਘਰ ਦੇ ਵਿੱਚ ਇੱਕ ਬਛੇਰੀ ਘਰ ਦੇ ਵਿੱਚ ਪੈਦਾ ਹੋਈ ਹੈ, ਘੋੜੀ ਨੇ ਬਛੇਰੀ ਦਿੱਤੀ ਹੈ, ਔਰ ਤੇਰਾ ਮਨ ਸਰੀਰ ਇੱਥੇ ਨਮਾਜ਼ ਪੜ੍ਹਦਾ ਹੈ, ਔਰ ਮਨ ਤੇਰਾ ਘਰ ਦੇ ਵਿੱਚ ਹੈ। ਵੀ ਉਹ ਘੋੜੀ ਨੇ ਬਛੇਰਾ ਜਾਂ ਬਛੇਰੀ ਦਿੱਤੀ ਹੈ, ਉਹ ਪਤਾ ਨਹੀਂ ਕਿਸੇ ਨੇ ਬੰਨੀ ਹੋਵੇਗੀ ਕਿ ਨਾ, ਔਰ ਘਰ ਦੇ ਵਿਹੜੇ ਦੇ ਵਿਚਕਾਰ ਖੂਹ ਹੈ, ਜੇ ਕਿਸੇ ਨੇ ਨਾ ਬੰਨੀ ਹੋਈ ਤਾਂ ਬਛੇਰੀ ਜਾਂ ਬਛੇਰਾ ਖੂਹ ਵਿੱਚ ਡਿੱਗ ਕੇ ਮਰ ਜਾਏਗਾ। ਸਰੀਰ ਤੇਰਾ ਇੱਥੇ ਨਮਾਜ਼ ਪੜ੍ਹਦਾ ਤੇ ਮਨ ਤੇਰਾ ਘਰ ਦੇ ਵਿੱਚ ਉਹ ਘੋੜੀ ਦੀ ਬਛੇਰਾ ਜਾਂ ਬਛੇਰੀ ਨੂੰ ਦੇਖ ਰਿਹਾ, ਕਿਤੇ ਖੂਹ 'ਚ ਹੀ ਨਾ ਡਿੱਗ ਕੇ ਮਰ ਜਾਏ। ਸ਼ਰਮਸ਼ਾਰ ਹੋ ਗਿਆ ਕਾਜੀ, ਨੀਵੀਂ ਪਾ ਕੇ ਖੜ ਗਿਆ। ਬਾਦਸ਼ਾਹ ਕਹਿੰਦਾ ਗੱਲ ਸੁਣੋ ਜੀ, ਕੋਈ ਨਾ, ਜੇ ਇਹਦੇ ਘਰੇ ਬਛੇਰਾ ਆਇਆ, ਘੋੜੀ ਨੇ ਬਛੇਰਾ ਦਿੱਤਾ, ਸਾਡੇ ਤਾਂ ਨਹੀਂ ਕੋਈ ਬਛੇਰਾ ਹੋਇਆ, ਸਾਡੇ ਨਾਲ ਪੜ੍ਹ ਲੈਂਦੇ ਨਵਾਜ਼ਾਂ, ਸਾਡੇ ਨਾਲ ਕਿਉਂ ਨਾ ਪੜ੍ਹੀ। ਸਤਿਗੁਰੂ ਮੁਸਕਰਾ ਕੇ ਕਹਿੰਦੇ, ਤੇਰਾ ਮਨ ਤਾਂ ਖਰੀਦਦਾ ਸੀ ਘੋੜੇ, ਮੈਂ ਨਮਾਜ਼ ਕਿਹਦੇ ਨਾਲ ਪੜ੍ਹਦਾ। ਉਹ ਕਾਬਲ ਕੰਧਾਰ ਦੇ ਵਿੱਚ ਨਾ ਬੜੇ ਅੱਛੀ ਨਸਲ ਦੇ ਅਸਵ ਘੋੜੇ ਉੱਥੇ ਵਿਕਣੇ ਆਏ ਹੋਏ ਨੇ, ਵਧੀਆ ਤਰੀਕੇ ਦੇ, ਵਧੀਆ ਨਸਲ ਦੇ, ਵਧੀਆ ਟ੍ਰੇਨਡ ਕੀਤੇ ਹੋਏ ਦਰਿਆਈ ਘੋੜੇ, ਕਾਬਲੀ ਘੋੜੇ, ਤੇ ਤੇਰਾ ਸਰੀਰ ਇੱਥੇ ਹੈ ਕਿ ਮੈਂ ਕਿਹੜੇ ਝਗੜੇ ਝਾਟਿਆਂ 'ਚ ਪੈ ਗਿਆ, ਤੇ ਜੇ ਮੇਰੇ ਕੋਲ ਟਾਈਮ ਹੁੰਦਾ ਤਾਂ ਮੈਂ ਕਾਬਲੀ ਘੋੜੇ ਹੀ ਖਰੀਦ ਲਿਆਉਂਦਾ ਜਾ ਕੇ, ਕਿਹਦੇ ਨਾਲ ਮੈਂ ਨਵਾਜ਼ ਪੜ੍ਹਦਾ। ਸਾਧ ਸੰਗਤ ਜੀ ਦੋਨਾਂ ਨੂੰ ਗਿਆਨ ਕਰਵਾਤਾ। ਫਿਰ ਜਦੋਂ ਜਾਣ ਲੱਗੇ ਸਤਿਗੁਰੂ, ਕਾਜੀ ਤੇ ਬਾਦਸ਼ਾਹ ਕਹਿੰਦੇ ਤੁਸੀਂ ਪੜ੍ਹੀ ਸੀ ਨਵਾਜ਼? ਸਤਿਗੁਰੂ ਕਹਿੰਦੇ ਹਾਂ ਮੈਂ ਪੜ੍ਹੀ ਹੈ ਨਵਾਜ਼। ਕਹਿੰਦੇ ਕਿੱਦਾਂ ਪੜ੍ਹੀ? ਸਤਿਗੁਰਾਂ ਨੇ ਜਿਹੜੀ ਉੱਥੇ ਨਵਾਜ਼ ਪੜ੍ਹੀ ਨਾ, ਉਹ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਅੰਕਤ ਹੈ ਲਿਖਤੀ ਵਿੱਚ। ਕਹਿੰਦੇ ਪੰਜ ਨਿਵਾਜਾਂ ਵਕਤ ਪੰਜ ਪੰਜਾਂ ਪੰਜੇ ਨਾਓ, ਪਹਿਲਾ ਸੱਚ ਖਲਾਲ, ਦੁਏ ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ, ਕਰਨੇ ਕਲਮਾ ਆਖ ਕੇ ਤਾਂ ਮੁਸਲਮਾਨ ਕਹਾਏ। ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ, ਅਵਲ ਔਲ ਦੀਨ ਕਰ ਮਿੱਟਾ ਮਸਕਲ ਮਾਨਾ ਮਾਲ ਮਸਾਵੇ, ਰੱਬ ਕੀ ਰਜ਼ਾਏ ਮੰਨੇ ਸੁਰੂ ਉਪਰ ਕਰਤਾ ਮੰਨੇ ਆਪ ਗਵਾਵੇ। ਜਦੋਂ ਗਿਆਨ ਕਰਵਾਇਆ, ਪਹਿਲਾ ਸੱਚ ਖਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ, ਕਰਨੀ ਕਲਮਾ ਕੇ ਤਾਂ ਮੁਸਲਮਾਨ ਸਦਾਏ। ਸਾਰਾ ਗਿਆਨ ਕਰਵਾ ਤਾ, ਪੰਜੇ ਨਵਾਜਾਂ ਦੇ ਅਰਥ ਦੱਸਦੇ, ਲੰਮੇ ਪੈ ਪੈ ਮੱਥੇ ਟੇਕਦੇ ਨੇ ਸਤਿਗੁਰਾਂ ਨੂੰ। ਸੋ ਜਦੋਂ ਸਾਧ ਸੰਗਤ ਜੀ ਅਸੀਂ ਪਹਿਲੇ ਨੰਬਰ ਤੇ ਸਿਮਰਨ ਸ਼ੁਰੂ ਕਰਦੇ ਹਾਂ, ਸਾਡਾ ਮਨ ਨਹੀਂ ਲੱਗਦਾ, ਅਸੀਂ ਜਿਹੜੇ ਵੀ ਸਾਧੂ ਕੋਲ, ਜਿਹੜੇ ਵੀ ਕਥਾਵਾਚਕ ਕੋਲ, ਜਿਹੜੇ ਵੀ ਰਾਗੀ ਢਾਡੀ ਪਾਠੀ ਗਿਆਨੀ ਵਿਦਵਾਨ ਕੋਲ ਜਾਂਦੇ ਹਾਂ, ਇੱਕੋ ਹੀ ਸਵਾਲ, ਅਸੀਂ ਇਕਾਗਰਤਾ ਨਹੀਂ ਬਣਾਉਂਦੇ। ਜੇ ਤੁਸੀਂ ਦੁੱਧ ਨੂੰ ਜਾਗ ਲਾ ਕੇ ਰੱਖਦੇ ਹੋ,
ਉਹਨੂੰ ਬਾਰ ਬਾਰ ਹਿਲਾਉਂਦੇ ਹੋ, ਉਹਦਾ ਦੇਹੀ ਨਹੀਂ ਜੰਮਦਾ। ਤੁਸੀਂ ਕਹਿੰਦੇ ਹੋ ਮੈਂ ਤੁਰਦਾ ਫਿਰਦਾ ਨਾਮ ਜਪਦਾ, ਤੇਰੇ ਗਿਰਦੇ ਵਿੱਚ ਨਾਮ ਕਿੱਦਾਂ ਜੰਮੇਗਾ? ਜੇ ਸਾਡਾ ਇੱਕ ਦੋ ਪੈਸੇ ਦਾ ਦਹੀਂ ਨਹੀਂ ਜੰਮ ਰਿਹਾ, ਦੋ ਪੈਸੇ ਦਾ ਖੱਟਾ ਲਾਏ ਤੇ ਕਾਂਜੀ ਪਾਈ ਤੇ ਦਹੀਂ ਨਹੀਂ ਜੰਮ ਰਿਹਾ, ਬਿਨਾਂ ਟਿਕਾਓ ਤੋਂ ਬਿਨਾਂ ਇਕਾਗਰ ਤੋਂ ਤੇਰੇ ਗਿਰਦੇ ਵਿੱਚ ਨਾਮ ਕਿਵੇਂ ਪੈਦਾ ਹੋ ਸਕਦਾ? ਇਸ ਕਰਕੇ ਉਹ ਕਹਿੰਦੇ ਜੀ ਦੱਸੋ ਨਾਮ ਕਿੱਦਾਂ ਜਪਦੇ ਹੋ? ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ। ਦੱਸੋ ਤੁਸੀਂ ਜਿਹੜੇ ਚਰਨਾਂ 'ਚ ਬਿਰਤੀ ਲਾ ਕੇ ਬਹਿੰਦੇ ਹੋ ਕਿੰਨਾ ਕੁ ਆਨੰਦ ਆਉਂਦਾ? ਹੁਣ ਭਗਤ ਜੀ ਦੱਸ ਰਹੇ ਨੇ, ਕਹਿੰਦੇ ਜਦੋਂ ਤੁਸੀਂ ਪਹਿਲਾਂ ਵਾਹਿਗੁਰੂ ਵਾਹਿਗੁਰੂ ਕਰਦੇ ਹੋ ਕੋਈ ਇਕਾਗਰਤਾ ਨਹੀਂ ਹੁੰਦੀ, ਬਿਲਕੁਲ ਮਨ ਨਹੀਂ ਟਿਕਦਾ, ਮਨ ਉਡਾਰੀਆਂ ਮਾਰਦਾ ਫਿਰਦਾ, ਕਈ ਤਾਂ ਇੱਥੇ ਹੀ ਛੱਡ ਦਿੰਦੇ ਨੇ। ਇਹ ਐਡਮਿਸ਼ਨ ਹੈ, ਦਾਖਲਾ ਹੈ, ਕਈ ਇੱਥੇ ਹੀ ਛੋੜ ਗਏ। ਹਾਂ, ਜਿਹੜੇ ਅੱਗੇ ਚੱਲੇ ਹੁਣ ਉਹਨਾਂ ਬਾਰੇ ਦੱਸ ਦਈਏ। ਜਦੋਂ ਸਾਡੀ ਅਵਸਥਾ ਅੱਗੇ ਚੱਲਦੀ ਹੈ, ਸਿਮਰਨ ਕਰਨ ਦੇ ਨਾਲ ਸਾਡਾ ਸਿਮਰਨ ਰਸਨਾ ਚੱਕਰ ਦੇ ਵਿੱਚ ਆ ਜਾਂਦਾ। ਚਾਰ ਪ੍ਰਕਾਰ ਦੇ ਚੱਕਰ ਨੇ, ਰਸਨਾ ਚੱਕਰ ਹੈ, ਕੰਠ ਚੱਕਰ ਹੈ, ਕਿਰਦਾ ਚੱਕਰ ਹੈ, ਨਾਭੀ ਹੈ। ਫਿਰ ਤ੍ਰਿਕੁਟੀ ਦੇ ਵਿੱਚ ਜਾ ਕੇ ਭਜਨ ਸਿਮਰਨ ਆਪਣੀ ਸ਼ਕਤੀ ਦਿਖਾਉਂਦਾ। ਅਸੀਂ ਕੇਵਲ ਉੱਚੀ ਉੱਚੀ ਬੋਲ ਕੇ ਮੁੜ ਆਉਂਦੇ ਹਾਂ, ਫਿਰ ਅਸੀਂ ਕਹਿੰਦੇ ਆਨੰਦ ਨਹੀਂ ਆਇਆ, ਸਵਾਦ ਨਹੀਂ ਆਇਆ ਸਿਮਰਨ ਦਾ। ਗੱਲਾਂ ਵੱਡੀਆਂ ਵੱਡੀਆਂ ਕਰਦੇ ਸੀ, ਪ੍ਰਾਪਤੀ ਹੋਈ ਨਹੀਂ ਕੋਈ। ਇੱਥੇ ਜਾ ਕਰਕੇ ਜਦੋਂ ਅਸੀਂ ਭਜਨ ਕਰਦੇ ਹਾਂ ਨਾ, ਰਸਨਾ ਨਾਲ ਕੋਈ ਆਵਾਜ਼ ਨਹੀਂ ਆਉਂਦੀ, ਬੁੱਲ ਨਹੀਂ ਖਿਲਦੇ, ਜੀਵ ਹਰਕਤ ਕਰਦੀ ਹੈ ਜੀਵ ਦੇ ਨਾਲ। ਇਸ ਤਰ੍ਹਾਂ ਦੇ ਨਾਲ ਅਸੀਂ ਇੱਕ ਵਾਰ ਵਾਹਿਗੁਰੂ ਕਹੀਏ ਅਤੇ ਬੋਲ ਕੇ 100 ਵਾਰੀ ਵਾਹਿਗੁਰੂ ਕਹੀਏ। ਬੋਲ ਕੇ 100 ਵਾਰੀ ਵਾਹਿਗੁਰੂ ਕਹਿਣ ਦਾ ਜਿਤਨਾ ਫਲ ਹੈ, ਰਸਨਾ ਦੇ ਨਾਲ ਗੁਪਤ ਰੂਪ 'ਚ ਭਜਨ ਕਰਨ ਦੇ ਨਾਲ ਇੱਕ ਵਾਰੀ ਕਹੇ ਤੇ ਇਤਨਾ ਫਲ ਪ੍ਰਾਪਤ ਹੋ ਜਾਂਦਾ। ਇੱਥੇ ਆ ਕੇ ਕਦੇ ਮਨ ਲੱਗ ਗਿਆ, ਕਦੇ ਨਾ, ਕਦੇ ਡੋਲ ਗਿਆ, ਕਦੇ ਚੱਲ ਪਿਆ, ਇਸ ਤਰ੍ਹਾਂ ਹੁੰਦਾ ਰਹਿੰਦਾ। ਇੱਥੇ ਵੀ ਵਸ ਨਹੀਂ, ਜਿਹੜੇ ਅੱਗੇ ਚੱਲਦੇ ਨੇ, ਫਿਰ ਸਾਡਾ ਸਿਮਰਨ ਸਾਡੇ ਕੰਠ ਵਿੱਚ ਚੱਲਦਾ, ਗਲੇ ਵਿੱਚ ਸਿਮਰਨ, ਫਿਰ ਸਾਡੇ ਗਲੇ 'ਚ ਵਾਹਿਗੁਰੂ ਦੀ ਆਵਾਜ਼ ਆਉਂਦੀ ਹੈ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਇਸ ਤਰ੍ਹਾਂ ਦੇ ਨਾਲ ਸਿਮਰਨ ਚੱਲਦਾ। ਜਦੋਂ ਅਸੀਂ ਇਹ ਸਿਮਰਨ ਕਰਦੇ ਹਾਂ, ਇਸ ਸਿਮਰਨ ਦਾ ਅਸੀਂ ਜਿਵੇਂ ਬੋਲ ਕੇ ਵਾਹਿਗੁਰੂ 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 1000 ਵਾਰੀ ਕਹੀਏ ਅਤੇ ਕੰਠ ਦੇ ਵਿੱਚ ਅਸੀਂ ਇੱਕ ਵਾਰ ਵਾਹਿਗੁਰੂ ਕਹੀਏ, ਮੂੰਹ ਨਾਲ 1000 ਵਾਰ ਬੋਲੇ ਅਤੇ ਜਿੰਨਾ ਫਲ ਮਿਲਣਾ ਹੈ, ਕੰਠ ਵਿੱਚ ਇੱਕ ਵਾਰ ਵਾਹਿਗੁਰੂ ਕਹੇ ਅਤੇ 1000 ਗੁਣਾ ਫਲ ਪ੍ਰਾਪਤ ਹੋ ਜਾਂਦਾ। ਇੱਥੇ ਆ ਕੇ ਟਿਕਾਓ ਵੀ ਵੱਧ ਜਾਂਦਾ, ਇੱਥੇ ਆ ਕਰਕੇ ਮਨ ਦੀ ਅਵਸਥਾ ਵੀ ਉੱਚੀ ਹੋ ਜਾਂਦੀ ਹੈ, ਮਨ ਡੋਲਣਾ ਵੀ ਬੰਦ ਹੋ ਜਾਂਦਾ, ਭਜਨ ਵਾਲੇ ਪਾਸੇ ਇਕਾਗਰਤਾ ਵਾਲੇ ਪਾਸੇ ਬੜਾ ਚੱਲ ਪੈਂਦਾ, ਡੋਲਣ ਤੋਂ ਹਟ ਜਾਂਦਾ ਹੈ, ਦੁੱਖ ਕਲੇਸ਼ ਇਹਦੇ ਸਾਰੇ ਹਟਣੇ ਸ਼ੁਰੂ ਹੋ ਜਾਂਦੇ ਨੇ, ਸਰੀਰ ਦੇ ਕਸ਼ਟ ਨੂੰ ਕਸ਼ਟ ਨਹੀਂ ਮੰਨਦਾ, ਚਾਹੇ ਤੱਤੀਆਂ ਤਵੀਆਂ 'ਤੇ ਬਹਿ ਜਾਏ ਫਿਰ ਵੀ ਆਨੰਦ ਆਉਂਦਾ ਹੈ, ਚਾਹੇ ਇਸ ਨੂੰ ਸਾਧ ਸੰਗਤ ਜੀ ਨੀਹਾਂ ਵਿੱਚ ਚਿਣ ਦਿੱਤਾ ਜਾਏ, ਚਾਹੇ ਸਾਧ ਸੰਗਤ ਜੀ ਖੋਪੜ ਉਤਾਰ ਦਿੱਤਾ ਜਾਏ, ਬੰਦ ਬੰਦ ਕੱਟ ਦਿੱਤਾ ਜਾਏ, ਇਹਦਾ ਆਨੰਦ ਖਰਾਬ ਨਹੀਂ ਹੁੰਦਾ। ਫਿਰ ਇਸ ਤੋਂ ਅੱਗੇ ਜਾ ਕੇ ਪੂਰਨ ਇਕਾਗਰਤਾ ਆਉਣੀ ਸ਼ੁਰੂ ਹੋ ਜਾਂਦੀ ਹੈ। ਤੁਸੀਂ ਤਾਂ ਕਾਫੀ ਸਮੇਂ ਤੋਂ ਸਿਮਰਨ ਕਰ ਰਹੇ ਹੋ,
ਹੋ ਸਕਦਾ ਤੁਹਾਡੇ ਵਿੱਚ ਕਈ ਪ੍ਰੇਮੀ ਇਸ ਸਟੇਜ ਤੱਕ ਪਹੁੰਚ ਗਏ ਹੋਣ, ਫਿਰ ਸਾਡਾ ਸਿਮਰਨ ਕੰਠ ਤੋਂ ਹਿਰਦਾ ਸਥਾਨ 'ਤੇ ਪਹੁੰਚਦਾ। ਜਦੋਂ ਅਸੀਂ ਹਿਰਦਾ ਸਥਾਨ 'ਤੇ ਸਿਮਰਨ ਕਰਦੇ ਹਾਂ, ਇਤਨੀ ਜ਼ਿਆਦਾ ਇਕਾਗਰਤਾ ਹੋ ਜਾਂਦੀ ਹੈ, ਹਿਰਦਾ ਸਥਾਨ 'ਤੇ ਇਤਨੀ ਜ਼ਿਆਦਾ ਇਕਾਗਰਤਾ, ਸਾਡਾ ਮਨ ਬਾਹਰ ਨਹੀਂ ਦੌੜਦਾ, ਸਾਡਾ ਮਨ ਅੰਤਰਮੁਖ ਬਿਰਤੀ ਦੇ ਵਿੱਚ ਜ਼ਿਆਦਾ ਖਿਆਲ ਕਰਦਾ, ਜਿਵੇਂ ਮਹਾਂਪੁਰਸ਼ਾਂ ਦਾ ਹੁੰਦਾ, ਜਿਵੇਂ ਗੁਰੂ ਮਹਾਰਾਜ ਦਾ। ਗੁਰੂ ਮਹਾਰਾਜ ਜੀਆਂ ਦੇ ਸਾਹਮਣੇ ਸੰਗਤ ਨੇ ਆ ਕੇ ਬੈਠਣਾ, ਸਤਿਗੁਰੂ ਨੇਤਰ ਬੰਦ ਕਰਦੇ ਅਗਲੇ ਦੇ ਕਸ਼ਟ ਦੇਖ ਕੇ ਮਿਹਰ ਭਰਿਆ ਹੱਥ ਉਹਦੇ ਸਿਰ 'ਤੇ ਧਰ ਕੇ ਜਾਂ ਮਿਹਰ ਭਰੀ ਦ੍ਰਿਸ਼ਟੀ ਦੇ ਨਾਲ ਉਹਦੇ ਸਭੇ ਕਸ਼ਟ ਕੱਟ ਦਿਆ ਕਰਦੇ। ਇਵੇਂ ਕਿਵੇਂ ਉਹ ਅੱਖਾਂ ਦੇ ਵਿੱਚ, ਹਿਰਦੇ ਦੇ ਵਿੱਚ ਇੱਕ ਐਸੀ ਸਕੈਨ ਆ ਜਾਂਦੀ ਹੈ, ਜੇ ਕੋਈ ਦੁਖੀ ਜੀਵ ਸਾਡੇ ਅੱਗੇ ਆ ਜਾਏ, ਅਸੀਂ ਉਹਨੂੰ ਨੇਤਰਾਂ ਦੇ ਨਾਲ ਅੰਮ੍ਰਿਤ ਭਰੀ ਦ੍ਰਿਸ਼ਟੀ ਦੇ ਨਾਲ ਦੇਖ ਲਈਏ, ਉਹਦੇ ਦੁੱਖ ਵੀ ਦੇਖ ਸਕਦੇ ਹਾਂ, ਕੱਟਣ ਦੀ ਪਾਵਰ ਵੀ ਸਾਡੇ 'ਚ ਆ ਜਾਂਦੀ ਹੈ। ਇੱਥੇ ਆ ਕੇ ਰਿੱਧੀਆਂ ਸਿੱਧੀਆਂ ਨਿੱਧੀਆਂ ਆ ਜਾਂਦੀਆਂ ਨੇ। ਰਿੱਧੀਆਂ ਦੇ ਵਿੱਚ ਸਰੀਰ ਭਾਰਾ ਕਰ ਲੈਣਾ, ਹਲਕਾ ਕਰ ਲੈਣਾ, ਇੱਥੇ ਹੀ ਬੈਠੇ ਬੈਠੇ ਆਪਣੇ ਏਰੀਏ ਦੇ ਵਿੱਚ ਕੋਈ ਤੁਹਾਡੇ ਬਾਰੇ ਉਸਤਤ ਕਰਦਾ, ਨਿੰਦਿਆ ਕਰਦਾ, ਉਹਦਾ ਗਿਆਨ ਪ੍ਰਾਪਤ ਹੋ ਜਾਣਾ। ਇੱਥੇ ਬੈਠੇ ਬੈਠੇ ਵਿਦੇਸ਼ ਦੀਆਂ ਗੱਲਾਂ ਸੁਣ ਲੈਣੀਆਂ, ਰਿੱਧੀਆਂ ਸਿੱਧੀਆਂ। ਫਿਰ ਇਸ ਤਰ੍ਹਾਂ ਦੇ ਨਾਲ ਦੇਵੀ ਦੇਵਤਿਆਂ ਨਾਲ ਗੱਲਾਂ ਕਰ ਲੈਣੀਆਂ, ਕਿਸੇ ਦੇ ਮਨ ਦੀਆਂ ਬੁੱਝ ਲੈਣੀਆਂ, ਐਂ ਲੋਕ ਦੇਖ ਲੈਣੇ, ਸਤਲੋਕ ਦੇਖ ਲੈਣੇ, ਤ੍ਰਿਲੋਕ ਦੇਖ ਲੈਣੇ, ਇੰਦਰ ਲੋਕ, ਬ੍ਰਹਮ ਲੋਕ, ਸ਼ਿਵਪੁਰੀ ਦੇਖ ਲੈਣੇ। ਇਹ ਅਵਸਥਾ ਹਿਰਦਾ ਸਥਾਨ 'ਤੇ ਸਿਮਰਨ ਨਾਲ ਆਉਂਦੀ ਹੈ। ਕਈ ਲੋਕ ਇੱਥੇ ਅਲਝ ਜਾਂਦੇ ਨੇ, ਜਿਵੇਂ ਮੰਨ ਲਓ ਬਾਲਕ ਨੇ, ਪੜ੍ਹਾਈਆਂ ਕੀਤੀਆਂ ਨੇ, 2 ਸਾਲ ਤੱਕ ਇਹਨਾਂ ਨੂੰ ਨੌਕਰੀ ਮਿਲਣੀ ਹੈ, ਅਤੇ ਭਜਨ ਵਾਲੇ ਨੇ ਮਾਣ ਲੈਣਾ ਹੋਵੇ ਕਿ ਮੈਂ ਤੁਹਾਡੇ ਕੰਮ ਠੀਕ ਕਰਦਾ, ਉਹ ਕਿਤੇ ਸਿਮਰਨ ਕਰਦਾ ਕਰਦਾ ਮੁੱਖ ਤੋਂ ਬਚਨ ਕਰਦਾ ਹੈ ਕਿ ਤੇਰਾ ਕੰਮ ਹੋ ਜਾਏਗਾ, ਅਸੀਂ ਕਰ ਦਿੰਦੇ ਹਾਂ ਤੇਰੀ ਅਰਦਾਸ, ਕਿੱਡੀ ਕੁ ਵੱਡੀ ਗੱਲ ਹੈ, ਤੇਰਾ ਕਾਰਜ ਸਵਾਰ ਦਿੰਦੇ ਹਾਂ ਅਸੀਂ। ਜਿਹੜਾ ਇਸ ਤਰ੍ਹਾਂ ਦੇ ਨਾਲ ਬੋਲ ਦੇਵੇ ਸਾਧ ਸੰਗਤ, ਉਹਨੂੰ 2 ਸਾਲ ਤੱਕ ਨੌਕਰੀ ਮਿਲਣੀ ਸੀ, ਪਰ ਸਾਧ ਸੰਗਤ ਜੀ ਉਹਨੇ ਬੋਲ ਕੇ ਨੌਕਰੀ ਪਹਿਲਾਂ ਹੀ ਦਵਾ ਦਿੱਤੀ, ਉਸਨੂੰ ਨੌਕਰੀ ਪਹਿਲਾਂ ਹੀ ਮਿਲ ਗਈ ਉਸਨੂੰ। 2 ਸਾਲ ਤੱਕ ਉਹਨੇ ਇਸੇ ਤਰ੍ਹਾਂ ਫਿਰਨਾ ਤੁਰਨਾ ਸੀ, ਨੌਕਰੀ ਮਿਲ ਜਾਣੀ ਸੀ। ਤੂੰ ਸਿਮਰਨ ਕਰਨ ਵਾਲਿਆ, ਉਹਦੇ ਵਾਸਤੇ ਬਚਨ ਕਰ ਦਿੱਤਾ, ਤੈਨੂੰ ਨੌਕਰੀ ਮਿਲ ਜਾਏ, ਉਹਨੂੰ ਨੌਕਰੀ ਮਿਲ ਗਈ 1-2 ਮਹੀਨੇ ਦੇ ਵਿੱਚ, ਅਤੇ ਤੇਰਾ ਜਿਹੜਾ ਸਿਮਰਨ ਸੀ ਵਾਹਿਗੁਰੂ ਜੀ ਨੇ ਲੈ ਲਿਆ। ਆ ਦੁਕਾਨ 'ਤੇ ਜਾਂਦੇ ਹੋ ਨਾ ਤੁਸੀਂ ਸੌਦਾ ਲੈਣ ਵਾਸਤੇ, ਜਦੋਂ ਤੁਸੀਂ ਚੀਨੀ ਲੈ ਲੈਂਦੇ ਹੋ 5 ਕਿਲੋ, ਤਾਂ ਤੁਸੀਂ ਉਸਨੂੰ ਪੈਸੇ ਦੇ ਦਿੰਦੇ ਹੋ 200-300 ਰੁਪਈਆ, ਪੈਸੇ ਉਹਦੇ ਹੋ ਗਏ, ਸੌਦਾ ਤੁਹਾਡਾ ਹੋ ਗਿਆ। ਜੇ ਤੁਸੀਂ ਕਿਸੇ ਨੂੰ ਲੈ ਕੇ ਦਿੰਦੇ, ਆ ਭਿਖਾਰੀ ਨਹੀਂ ਕਈ ਵਾਰ ਕਹਿੰਦੇ, ਆ ਬਾਬੂ ਜੀ, ਸਰਦਾਰ ਜੀ, ਰੋਟੀ ਖਿਲਾ ਦਿਓ, ਤੁਸੀਂ ਪੈਸੇ ਉਹਨੂੰ ਦੇ ਦਿੰਦੇ ਹੋ, ਉਹ ਰੋਟੀ ਉਹਨੂੰ ਦੇ ਦਿੰਦਾ। ਇਵੇਂ ਕਿਵੇਂ ਤੁਸੀਂ ਭਜਨ ਵਾਹਿਗੁਰੂ ਜੀ ਨੂੰ ਦੇ ਤਾ, ਵਾਹਿਗੁਰੂ ਜੀ ਨੇ ਉਹਨੂੰ ਨੌਕਰੀ ਦੇ ਦਿੱਤੀ, ਤੁਸੀਂ ਪਤਾ ਕੀ ਕਹਿੰਦੇ ਉਦੋਂ ਬਾਅਦ? ਮੈਂ ਜੀ ਜਦੋਂ 2-3 ਮਹੀਨੇ ਪਹਿਲਾਂ ਭਜਨ ਕਰਦਾ ਹੁੰਦਾ ਸੀ, ਬੜਾ ਮੇਰਾ ਚਿੱਤ ਇਕਾਗਰ ਰਹਿੰਦਾ ਹੁੰਦਾ ਸੀ, ਹੁਣ ਤਾਂ ਮੇਰਾ ਪਾਠ ਕਰਨ ਨੂੰ ਹੀ ਮਨ ਨਹੀਂ ਕਰਦਾ, ਹੁਣ ਤਾਂ ਮੇਰਾ ਅੰਮ੍ਰਿਤ ਵੇਲੇ ਉੱਠਣ ਨੂੰ ਹੀ ਮਨ ਨਹੀਂ ਕਰਦਾ, ਹੁਣ ਤਾਂ ਇਉਂ ਜੀ ਕਰਦਾ ਕਿ ਸੁੱਤੇ ਰਹੋ, ਸੁੱਤੇ ਰਹੋ, ਸੁੱਤੇ ਰਹੋ।
ਇਸ ਤਰ੍ਹਾਂ ਦੇ ਨਾਲ ਹੁੰਦਾ। ਕਹਿਣ ਤੋਂ ਮਤਲਬ ਮੇਰਾ ਇਹ ਹੈ ਕਿ ਜਿੰਨੀ ਦੇਰ ਤੱਕ ਤੁਸੀਂ ਕਿਸੇ ਸਟੇਜ 'ਤੇ ਨਹੀਂ ਨਾ ਪਹੁੰਚਦੇ, ਐਵੇਂ ਨਾ ਕਿਸੇ ਨੂੰ ਕਹਿ ਦਿਆ ਕਰੋ ਲਿਆ ਮੈਂ ਤੇਰਾ ਕਾਰਜ ਸਵਾਰ ਦਿਆਂ, ਲਿਆ ਮੈਂ ਤੇਰੇ ਕੰਮ ਠੀਕ ਕਰ ਦਿਆਂ, ਐਵੇਂ ਨਾ ਕਹਿ ਦਿਆ ਕਰੋ। ਪਹਿਲਾਂ ਬੰਦਗੀ ਕਰਕੇ ਆਪਣਾ ਭਾਂਡਾ ਭਰੋ। ਆ ਤੁਸੀਂ ਦੇਖਦੇ ਹੋ ਨਾ, ਟੂਟੀ ਚਲਾ ਦਿੰਦੇਗਾ, ਨੀਚੇ ਬਾਲਟੀ ਰੱਖ ਦਿੰਦੇਗਾ। ਜੇ ਬਾਲਟੀ ਭਰਦੀ ਨਹੀਂ, ਟੂਟੀ ਬੰਦ ਕਰ ਦਿੱਤੀ, ਤੁਸੀਂ ਡੱਬੇ ਭਰ ਭਰ ਕੇ ਪਾਣੀ ਦੇ ਡੋਲ ਦਿੱਤੇ, ਬਾਲਟੀ ਖਾਲੀ ਖੈ। ਇੱਕ ਵਾਰ ਬਾਲਟੀ ਪਾਣੀ ਦੀ ਭਰ ਜਾਏ, ਇੱਕ ਵਾਰੀ ਪੂਰਨ ਤੌਰ 'ਤੇ ਉੱਤੋਂ ਦੀ ਡੁੱਲਣ ਲੱਗ ਜਾਏ, ਇੱਕ ਡੱਬਾ ਭਰ ਕੇ ਦੇ ਦਿਓ ਕਿਸੇ ਨੂੰ, ਕੋਈ ਇਤਰਾਜ਼ ਨਹੀਂ। ਜਦੋਂ ਫਿਰ ਪਾਣੀ ਬਾਹਰ ਡੁੱਲਦਾ, ਫਿਰ ਤੁਸੀਂ ਇੱਕ ਡੱਬਾ ਭਰ ਕੇ ਕਿਸੇ ਨੂੰ ਦੇ ਦਿਓ, ਕੋਈ ਇਤਰਾਜ਼ ਨਹੀਂ। ਟੂਟੀ ਚੱਲ ਰਹੀ ਹੈ, ਬਾਲਟੀ ਦਾ ਪਾਣੀ ਉੱਪਰ ਦੀ ਡੁੱਲ ਰਿਹਾ ਹੈ, ਤੁਸੀਂ ਕੱਪ ਭਰ ਭਰ ਕੇ ਜਿਹਨੂੰ ਮਰਜ਼ੀ ਦੇ ਦਿਓ। ਇਹਦਾ ਮਤਲਬ ਕੀ ਹੈ? ਤੁਹਾਡਾ ਸਿਮਰਨ ਚੱਲ ਰਿਹਾ ਹੈ ਨਿਰੰਤਰ। ਤੁਹਾਡਾ ਸਿਮਰਨ ਜਿੰਨਾ ਤੁਹਾਡੀ ਬਾਡੀ ਨੂੰ ਚਾਹੀਦਾ ਸੀ ਉਦੋਂ ਵੱਧ ਗਿਆ, ਜਿਵੇਂ ਮਹਾਂਪੁਰਸ਼ਾਂ ਦਾ ਹੁੰਦਾ, ਵੱਧ ਗਿਆ। ਤੁਸੀਂ ਉਹ ਸਿਮਰਨ ਕਿਸੇ ਨੂੰ ਦਿਓ, ਫਿਰ ਕਿਸੇ ਦੀ ਅਰਦਾਸ ਕਰੋ। ਤੁਹਾਡਾ ਤਾਂ ਆਪਦੇ ਭਜਨ ਨਹੀਂ, ਤੁਸੀਂ ਜਪ ਜੀ ਸ਼ੁਰੂ ਕਰਦੇ ਹੋ, ਐਂ ਪਤਾ ਲੱਗਦਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ, ਇੰਨਾ ਕੀ ਪਤਾ ਲੱਗਦਾ? ਉਦੋਂ ਪਤਾ ਲੱਗਦਾ ਜਿੰਨੀ ਨਾਮ ਤੇ ਆਇਆ ਗਿਆ ਮੈਂ ਸਖਤ ਕਾਲ। ਆਪਣੇ ਆਪ ਤੇ ਯਕੀਨ ਨਹੀਂ ਹੁੰਦਾ ਵੀ ਮੈਂ ਪੜ੍ਹ ਲਈ ਜਪ ਜੀ, ਆਪਦੇ ਮਨ 'ਚ ਝਾਤੀ ਮਾਰੋ ਸਾਰੇ ਜਾਣੇ। ਆਪਣੇ ਆਪ ਨੂੰ ਨਹੀਂ ਪਤਾ ਲੱਗਦਾ ਵੀ ਮੈਂ ਪੜ੍ਹ ਲਈ ਕਿ ਨਹੀਂ ਹਜੇ, ਹੁਣੇ ਤਾਂ ਇੱਕ ਓਂਕਾਰ ਕਿਹਾ ਸੀ, ਹੁਣੇ ਜਿੰਨੀ ਨਾਮ ਤੇ ਆਇਆ ਵੀ ਪੜ੍ਹ ਦਿੱਤਾ। ਫਿਰ ਕਈ ਲੋਕ ਕਹਿਣਗੇ ਜਾਪ ਸਾਹਿਬ ਔਖਾ, ਚਲੋ ਅੱਠ ਦਸ ਪੱਤਰੇ ਅੱਗੇ ਕੱਢ ਦਿਓ, ਆਹ ਸੌਖੀਆਂ ਸੌਖੀਆਂ ਬਾਣੀਆਂ ਦੱਸੋ। ਕੋਈ ਬਾਣੀ ਔਖੀ, ਕੋਈ ਬਾਣੀ ਸੌਖੀ, ਕੋਈ ਬਾਣੀ ਦੋ ਵਾਰ ਪੜ੍ਹ ਲਓ, ਕੋਈ ਬਾਣੀ ਛੱਡ ਹੀ ਜਾਓ, ਇਹ ਤਾਂ ਫਿਰ ਮਨ ਮਰਜ਼ੀ ਹੋ ਗਈ ਨਾ। ਮਨ ਦੇ ਸਿੱਖ ਹੋ ਗਏ ਨਾ, ਗੁਰੂ ਦੇ ਸਿੱਖ ਤਾਂ ਨਹੀਂ ਹੋਏ, ਮਨ ਮਰਜ਼ੀ ਕਰਨ ਲੱਗ ਗਏ। ਸਾਧ ਸੰਗਤ ਜੀ, ਜਦੋਂ ਤੱਕ ਤੁਸੀਂ ਸਿਮਰਨ ਵਿੱਚ ਨਿਪੁੰਨ ਨਹੀਂ ਹੋ ਜਾਂਦੇ, ਭਜਨ ਵਿੱਚ ਬੰਦਗੀ ਵਿੱਚ ਨਿਪੁੰਨ ਨਹੀਂ ਹੋ ਜਾਂਦੇ, ਤੁਸੀਂ ਕਿਸੇ ਨੂੰ ਨਾ ਕਹੋ ਕਿ ਲਿਆ ਮੈਂ ਤੇਰਾ ਕੰਮ ਸਵਾਰ ਦਵਾਂ, ਇਹ ਨਾ ਕਿਹਾ ਕਰੋ। ਤੁਸੀਂ ਕਹੋ ਤੁਸੀਂ ਵੀ ਭਜਨ ਕਰੋ, ਤੁਸੀਂ ਵੀ ਨਾਮ ਜਪੋ, ਤੁਸੀਂ ਵੀ ਜਪ ਜੀ ਸਾਹਿਬ ਦਾ ਪਾਠ ਕਰੋ, ਚੌਪਈ ਸਾਹਿਬ ਦਾ, ਸੁਖਮਨੀ ਸਾਹਿਬ ਦਾ, ਤੁਸੀਂ ਖੁਦ ਜੁੜੋ, ਅਸੀਂ ਵੀ ਜਪਦੇ ਹਾਂ, ਤੁਸੀਂ ਵੀ ਜਪੋ। ਜਦੋਂ ਸਾਡਾ ਸਿਮਰਨ ਨਾਭੀ ਅਸਥਾਨ 'ਤੇ ਜਾਂਦਾ ਹੈ, ਉਦੋਂ ਸਾਧ ਸੰਗਤ, ਅਸੀਂ ਪਹਿਲਾਂ ਕਿਰਦਾ ਸਥਾਨ ਦੱਸਿਆ, ਐਂ ਜਿੱਦਾਂ ਅਸੀਂ ਬੋਲ ਰਹੇ ਹਾਂ, ਅਸੀਂ ਹਜ਼ਾਰ ਵਾਰੀ, ਦਸ ਹਜ਼ਾਰ ਵਾਰੀ ਵਾਹਿਗੁਰੂ ਬੋਲ ਕੇ ਕਹਿ ਦਈਏ, ਹਿਰਦਾ ਸਥਾਨ ਦੇ ਨਾਲ ਇੱਕ ਵਾਰੀ ਵਾਹਿਗੁਰੂ ਕਹਿ ਦਈਏ, ਹਜ਼ਾਰ ਵਾਰੀ ਜਪਣ ਜਿੰਨਾ ਫਲ ਮਿਲਦਾ। ਫਿਰ ਸਾਡਾ ਸਿਮਰਨ ਨਾਭੀ ਅਸਥਾਨ 'ਤੇ ਜਾਂਦਾ, ਧੁੰਨੀ ਅਸਥਾਨ 'ਤੇ, ਨਾਭੀ ਦੇ ਵਿੱਚ ਜਾਂਦਾ। ਜਦੋਂ ਨਾਭੀ 'ਚ ਅਸੀਂ ਸਿਮਰਨ ਕਰਦੇ ਹਾਂ, ਸਾਡੇ ਇਕੱਲਾ ਇਕੱਲਾ ਰੋਮ, ਜਿਹੜੇ ਬਾਲ ਤੁਸੀਂ ਦੇਖਦੇ ਹੋ ਨਾ, ਇਹ 3.5 ਕਰੋੜ ਨੇ ਸਾਰੇ ਦੇ ਸਾਰੇ, ਸਿਰ ਤੋਂ ਲੈ ਕੇ ਪੈਰਾਂ ਤੱਕ। ਕਈ ਸਰੀਰ 'ਤੇ ਰੱਖਦੇ ਆ, ਕਈ ਨਹੀਂ ਰੱਖਦੇ, ਰੱਖੋ ਚਾਹੇ ਨਾ ਰੱਖੋ, ਰਹਿਣੇ 3.5 ਕਰੋੜ ਹੀ ਆ, ਚਾਹੇ ਕੱਟ ਦਿਓ ਚਾਹੇ ਰੱਖ ਲਓ, 3.5 ਕਰੋੜ ਰੋਮ ਹੈ। ਜਦੋਂ ਨਾਭੀ ਅਸਥਾਨ 'ਤੇ ਸਿਮਰਨ ਜਾਂਦਾ, ਤੁਸੀਂ ਕਹਿੰਦੇ ਨੇ ਕਈ ਵਾਰੀ, ਜਦੋਂ ਮੈਂ ਜੀ ਕਥਾ ਕੀਰਤਨ ਸੁਣਦਾ, ਮੇਰੇ ਰੋਂਗਟੇ ਖੜ੍ਹੇ ਹੋ ਜਾਂਦੇ ਹੈ, ਮੇਰੇ ਬਾਲ ਖੜ੍ਹੇ ਹੋ ਜਾਂਦੇ ਹੈ, ਮੇਰੇ ਸਰੀਰ ਨੂੰ ਚਰਨਾਹਟ ਆਉਂਦੀ ਹੈ, ਕਈ ਵਾਰ ਕਹਿੰਦੇ ਹਾਂ ਆਪਾਂ। ਸਾਧ ਸੰਗਤ ਜੀ, ਸਿਮਰਨ ਦੇ ਵਿੱਚ ਇੱਕ ਪਾਵਰ ਹੈ,
ਵਿਲ ਪਾਵਰ ਹੈ, ਡਿਵਾਈਨ ਨੌਲੇਜ ਹੈ, ਸਪਿਰਚੁਅਲ ਨੌਲੇਜ ਹੈ, ਜਿਹਦੇ ਨਾਲ ਸਾਡਾ ਖਿਰਦਾ ਅੰਦਰੋਂ ਤਾਕਤਵਰ ਹੋ ਜਾਂਦਾ। ਅਸੀਂ ਡਰਦੇ ਨਹੀਂ। ਸਾਧੂ ਕਿਉਂ ਕਈਆਂ ਨੂੰ ਗਾਲਾਂ ਹੀ ਕੱਢ ਜਾਂਦੇ ਹੈ। ਬਾਬਾ ਵੀਰ ਅਮਦਾਸ ਮਹਾਰਾਜ ਵਿਦਹੁਸ਼ੀ ਵਾਲੇ ਐਂ ਰਾਜੇ ਮਹਾਰਾਜਿਆਂ ਦੇ ਇੱਟਾਂ ਮਾਰਦੇ ਹੁੰਦੇ, ਟੰਬੇ ਮਾਰਦੇ ਹੁੰਦੇ। ਆ ਤੋਤਾਪੁਰੀ ਮਹਾਰਾਜ ਸਾਡੇ ਏਰੀਏ 'ਚ, ਰਾੜਾ ਸਾਹਿਬ ਏਰੀਏ 'ਚ ਜੋਗੀ ਮਾਜਰਾ, ਕਿਵੇਂ ਸੰਗਤਾਂ ਨੂੰ ਰਾਘੋ ਰਾਮ ਜੀ ਧਮੋਟ ਵਾਲੇ ਨਗਨ ਅਵਸਥਾ ਦੇ ਵਿੱਚ ਰਹਿਣ ਵਾਲੇ ਸਾਧੂ ਐਂ ਕੁੱਤਿਆਂ ਬਿੱਲਿਆਂ ਸੱਪਾਂ ਨੂੰ ਵੀ ਕੋਲ ਬੁਲਾ ਕੇ ਸਾਰੀ ਗਜ਼ਾ ਕੀਤੀ ਇੱਕੋ ਜਗ੍ਹਾ ਪਾ ਕੇ, ਕੁੱਤੇ ਬਿੱਲੇ ਸੱਪਾਂ ਦੇ ਨਾਲ ਬਹਿ ਕੇ ਆਪ ਰੋਟੀ ਖਾਂਦੇ ਹੁੰਦੇ ਸੀ। ਅਸੀਂ ਕਹਿੰਦੇ ਮੱਛਰ ਡਿੱਗ ਗਿਆ ਬਈ ਸਿੱੜ ਦਿਓ ਦਾਲ ਸਬਜ਼ੀ, ਚਾਹ 'ਚ ਮੱਖੀ ਡਿੱਗ ਗਈ ਸਿੱੜ ਦਿਓ ਬਈ। ਅਤੇ ਅਸੀਂ ਕਹਿੰਦੇ ਹਾਂ ਅਸੀਂ ਤਾਂ ਜੀ ਅੰਮ੍ਰਿਤ ਛਕਿਆਂ ਨਾਲੋਂ ਜ਼ਿਆਦੇ ਹਾਂ। ਸੁਣਿਆ ਹੋ ਤੁਸੀਂ ਕਈ ਕਹਿੰਦੇ ਹੋਣਗੇ ਅਸੀਂ ਤਾਂ ਜੀ ਅੰਮ੍ਰਿਤ ਛਕੇ ਵਾਲਿਆਂ ਤੋਂ ਬਹੁਤ ਅੱਗੇ ਹਾਂ, ਅੰਮ੍ਰਿਤ ਛਕੇ ਵਾਲੇ ਸਾਡੀ ਕੀ ਬਰਾਬਰੀ ਕਰਨਗੇ। ਭਾਈ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਪੰਜ ਪਿਆਰਿਆਂ ਨੇ, ਉਹਨਾਂ ਨੇ ਸਿਰ ਦਿੱਤੇ ਸੀ ਗੁਰੂ ਗੋਬਿੰਦ ਸਿੰਘ ਨੂੰ। ਤੁਸੀਂ ਸਿਰ ਦੇ ਦਿੱਤੇ ਨੇ, ਤੁਸੀਂ ਸਿਰ ਧੜ ਤੋਂ ਜੁਦਾ ਕਰਵਾ ਲਿਆ, ਵਢਾ ਦਿੱਤਾ, ਉੱਧਰ ਵੀ ਝਾਤ ਮਾਰੋ। ਸੋ ਇੱਧਰ ਸਿਮਰਨ, ਜਦੋਂ ਨਾਭੀ ਅਸਥਾਨ 'ਤੇ ਜਾਂਦਾ ਬੜੀਆਂ ਬਖਸ਼ਿਸ਼ਾਂ, ਬੜੀਆਂ ਸ਼ਕਤੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਤੋਂ ਅੱਗੇ ਸਿਮਰਨ ਸਾਡਾ ਤ੍ਰਿਕੁਟੀ ਦੇ ਵਿੱਚ ਜਾਂਦਾ, ਤ੍ਰਿਕੁਟੀ ਅਸਥਾਨ, ਜਿੱਥੇ ਜਾ ਕੇ ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ ਆਉਂਦੀ ਹੈ। ਬੜੀ ਅਵਸਥਾ ਉੱਚੀ ਹੋ ਜਾਂਦੀ, ਅਗਲਿਆਂ ਦੇ ਮਨ ਦੀ ਪੜ੍ਹ ਸਕਦੇ, ਕਾਰਜ ਸਵਾਰ ਸਕਦੇ, ਪਰ ਇੱਥੇ ਪਰਮੇਸ਼ਰ ਨਹੀਂ ਹਜੇ ਮਿਲਿਆ। ਹਜੇ ਤਾਂ ਤੇਰੇ ਮਨ ਦੀ ਸਫਾਈ ਹੋਣੀ ਹੈ। ਹਜੇ ਤੇਰੇ ਮਨ ਵਿੱਚ ਦੂਈ ਦੁਆਇਸ਼ ਹੰਕਾਰ ਆ ਸਕਦਾ ਵੀ ਆ ਲੋਕ ਤਾਂ ਐਵੇਂ ਤੁਰੇ ਫਿਰਦੇ ਆ, ਮੈਂ ਕੀਤਾ ਸਿਮਰਨ, ਮੇਰੀ ਅਵਸਥਾ ਉੱਚੀ ਗਈ ਹੈ। ਔਰ ਜਿਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਓ ਮਾਨਸ ਜਨਮ ਕਾ, ਇਹੀ ਲਾਕੋ ਮੈਂ ਲਾਕਾ ਲੈ ਲਿਆ, ਦੇਵੀ ਦੇਵਤੇ ਤਰਸਦੇ ਫਿਰਦੇ ਹੈ। ਜਦੋਂ ਮਾਣ ਹੰਕਾਰ ਆ ਗਿਆ ਅਸੀਂ ਫਿਰ ਥੱਲੇ ਡਿੱਗ ਜਾਣਾ, ਫਿਰ ਡਿੱਗ ਜਾਣਾ, ਜਿਵੇਂ ਕੀੜੇ ਦੀਆਂ ਪਿਛਲੀਆਂ ਲੱਤਾਂ ਟੁੱਟੀਆਂ ਹੁੰਦੀਆਂ, ਕੰਧ 'ਤੇ ਚੜ੍ਹਦਾ ਚੜ੍ਹਿਆ ਨਹੀਂ ਜਾਂਦਾ, ਫਿਰ ਥੱਲੇ ਆ ਜਾਵਾਂਗੇ। ਜਦੋਂ ਅਸੀਂ ਨਿਮਰਤਾ ਰੱਖਾਂਗੇ, ਪ੍ਰੇਮਾ ਭਗਤੀ ਰੱਖਾਂਗੇ, ਕੋਈ ਕੁਛ ਬੋਲ ਜਾਏ, ਕੋਈ ਕੁਛ ਬੋਲ ਜਾਏ, ਕਿਸੇ ਦੇ ਬੋਲੇ ਦਾ ਮਨ ਵਿੱਚ ਗੁੱਸਾ ਜਾਂ ਕ੍ਰੋਧ ਨਹੀਂ ਕਰਾਂਗੇ, ਅਵਸਥਾ ਨੂੰ ਉੱਚੀ ਰੱਖਾਂਗੇ, ਤਕੜਾ ਮਨ ਰੱਖਾਂਗੇ, ਸਾਧ ਸੰਗਤ ਜੀ, ਫਿਰ ਸਾਡੀ ਅਵਸਥਾ ਦਸਮ ਦੁਆਰ ਦੇ ਵਿੱਚ ਪਹੁੰਚਦੀ ਹੈ। ਦਸਮ ਦੁਆਰਾ ਅਗਮ ਅਪਾਰਾ, ਉੱਥੇ ਜਾ ਕੇ ਫਿਰ ਡਿੱਗਣਾ ਨਹੀਂ ਹੁੰਦਾ, ਫਿਰ ਡੋਲਣਾ ਨਹੀਂ ਹੁੰਦਾ, ਫਿਰ ਭਟਕਣਾ ਨਹੀਂ ਹੁੰਦਾ, ਫਿਰ ਪਰਮੇਸ਼ਰ ਦੇ ਨਾਲ ਇੱਕ ਮਿਕਤਾ, ਇੱਕ ਸੁਰਤਾ, ਇੱਕ ਲੈਤਾ ਹੁੰਦੀ ਹੈ। ਹੁਣ ਜਦੋਂ ਇਹੋ ਜਿਹੀਆਂ ਗੱਲਾਂ ਦੱਸੀਆਂ ਕਿ ਇੱਥੇ ਆ ਕੇ ਪਰਮੇਸ਼ਰ ਮਿਲ ਜਾਂਦਾ ਹੈ, ਭਗਵਾਨ ਮਿਲ ਜਾਂਦਾ, ਰੱਬ ਮਿਲ ਜਾਂਦਾ, ਪੁੱਛਦੇ ਨੇ ਨਾ ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ, ਕਹਿ ਕੇ ਦੱਸੋ ਭਗਤ ਜੀ ਭਗਤੀ ਦਾ ਕਿੰਨਾ ਕੁ ਆਨੰਦ ਆਉਂਦਾ। ਜਦੋਂ ਭਗਤ ਜੀਆਂ ਨੇ ਸਾਰੇ ਬਚਨ ਸੁਣਾ ਤੇ ਕਹਿੰਦੇ ਜੀ ਸਾਨੂੰ ਤਾਂ ਸਮਝ ਹੀ ਨਹੀਂ ਆਈ ਤੁਸੀਂ ਕੀ ਕੁਝ ਕਹਿ ਗਏ, ਸਾਨੂੰ ਪਤਾ ਹੀ ਨਹੀਂ ਲੱਗਿਆ ਕਿੱਦਾਂ ਨਾਮ ਜਪੀ ਦੇ ਜੀ, ਇਹ ਤਾਂ ਬੜੀਆਂ ਔਖੀਆਂ ਗੱਲਾਂ, ਕਿਵੇਂ ਅਵਸਥਾ ਉੱਚੀ ਹੋਏਗੀ, ਕਿੱਦਾਂ ਰਸਨਾ ਤੇ ਸਿਮਰਨ ਚੱਲੇਗਾ, ਕਿੱਦਾਂ ਕੰਠ ਵਿੱਚ ਚੱਲੇਗਾ, ਕਿੱਦਾਂ ਕਿਰਦਾ ਸਥਾਨ ਨਾਲ ਨਾਮ ਜਪਾਂਗੇ, ਕਿੱਦਾਂ ਨਾਭੇ, ਕਿੱਦਾਂ ਤ੍ਰਿਕੁਟੀ, ਕਿੱਦਾਂ ਦਸਮ ਦੁਆਰਾ, ਕਿੱਦਾਂ ਕੁੰਡਲਨੀ ਖੁੱਲੇਗੀ, ਕਿੱਦਾਂ ਸਵਾਸ ਰਾਵਣ ਨੇ ਕੁੰਡਲਨੀ ਦੇ ਵਿੱਚੋਂ ਕੱਢ ਕੇ ਅੰਮ੍ਰਿਤ ਕੁੰਡ ਵਿੱਚ ਲੁਕੋਏ। ਇਹ ਤਾਂ ਬੜੀਆਂ ਡੂੰਘੀਆਂ ਗੱਲਾਂ ਚੱਲੀਆਂ ਗਈਆਂ। ਭਗਤ ਜੀ ਮੁਸਕਰਾ ਕੇ ਕਹਿੰਦੇ
ਕਹਿ ਕੇ ਬੇਕੋ ਸੋਭਾ ਨਹੀਂ ਦੇਖਾ ਗੀ ਪਰਵਾਣਾ। ਮੈਂ ਕਹਿ ਕੇ ਕੀ ਦੱਸਾਂ ਤੁਹਾਨੂੰ, ਤੁਸੀਂ ਕਹੋਗੇ ਕਬੀਰ ਝੂਠ ਬੋਲਦਾ, ਤੁਸੀਂ ਕਹੋਗੇ ਕਬੀਰ ਝੂਠ ਬੋਲਦਾ, ਇਹ ਹੁੰਦਾ ਹੀ ਨਹੀਂ। ਉਹ ਪੜ੍ਹਦੇ ਹੁੰਦੇ ਸੀ ਨਾ ਛੋਟੇ ਹੁੰਦੇ, ਹੱਥ ਨਾ ਉਪੜੇ ਥੂ ਕੌੜੀ, ਕਹਿੰਦੇ ਇੱਥੇ ਬੈਠੀ ਹੈ ਤੂੰ ਲੂੰਬੜੀ ਨੂੰ, ਕਹਿੰਦੇ ਅੰਗੂਰ ਨਹੀਂ ਖਾਂਦੀ, ਕਹਿੰਦੀ ਨਾ ਮੈਂ ਤਾਂ ਨਹੀਂ ਖਾਣੇ, ਕਹਿੰਦੇ ਕਿਉਂ ਇੰਨਾ ਸੁੰਦਰ ਗੁੱਛਾ ਲੱਗਿਆ ਅੰਗੂਰਾਂ ਦਾ, ਕਹਿੰਦੀ ਨਾ ਮੈਂ ਨਹੀਂ ਖਾਂਦੀ ਅੰਗੂਰ ਖੱਟੇ ਨੇ, ਖੱਟੇ ਨੇ ਅੰਗੂਰ। ਉਹ ਜਦੋਂ ਉਹਨੇ ਤੋੜੇ ਤੋੜ ਕੇ ਕਹਿੰਦਾ ਬੜੇ ਮਿੱਠੇ ਨੇ, ਹੁਣ ਨੀਵੀਂ ਜੀ ਪਾ ਕੇ ਕਹਿੰਦੀ ਮੇਰਾ ਹੱਥ ਨਹੀਂ ਸੀ ਪਹੁੰਚਦਾ, ਮੈਂ ਸੋਚਿਆ ਜਦੋਂ ਮੈਂ ਨਹੀਂ ਖਾਧੇ ਤੁਸੀਂ ਵੀ ਨਾ ਖਾਓ, ਮੈਂ ਖੱਟੇ ਕਹਿ ਕੇ ਮਨ ਸਮਝਾ ਲਿਆ। ਇਵੇਂ ਜਿਹੜੇ ਸਿਮਰਨ ਵਿਚਾਰੇ ਕਰਦੇ ਨਹੀਂ ਹੈਗੇ, ਨਾਮ ਨਹੀਂ ਜਪਦੇ, ਉਹ ਕਹਿੰਦੇ ਨਾਮ ਚੋਂ ਕੀ ਮਿਲੂ, ਐਵੇਂ ਵਾਹਿਗੁਰੂ ਕਰੀ ਜਾਂਦੇ ਹੈ। ਕਿਉਂ ਕਰਦੇ ਹੈ ਵਾਹਿਗੁਰੂ? ਜਿਨ੍ਹਾਂ ਨੂੰ ਨਿਤਨੇਮ ਦਾ ਆਨੰਦ ਨਹੀਂ ਆਉਂਦਾ, ਸਵਾਦ ਨਹੀਂ ਆਉਂਦਾ, ਉਹ ਕਹਿੰਦੇ ਕੀ ਮਿਲਣਾ ਸਿਮਰਨ ਚੋਂ, ਨਿਤਨੇਮ ਚੋਂ ਛੱਡੋ ਪਰੇ। ਇੰਨਾ ਚਿਰ ਹੋ ਗਿਆ ਮੈਨੂੰ ਕਰਦੇ ਨੂੰ, ਮੈਨੂੰ ਨਹੀਂ ਕੁਛ ਮਿਲਿਆ, ਤੁਹਾਨੂੰ ਕੀ ਮਿਲਣਾ। ਜਾਪ ਸਾਹਿਬ ਦੇ ਉੱਤੇ ਉਹ ਲੋਕ ਅਟੈਕ ਕਰਦੇ ਨੇ ਜਿਨ੍ਹਾਂ ਨੂੰ ਜਾਪ ਸਾਹਿਬ ਪੜ੍ਹਨਾ ਨਹੀਂ ਆਉਂਦਾ। ਦਸਮ ਗ੍ਰੰਥ ਨੂੰ ਉਹ ਲੋਕ ਕਹਿੰਦੇ ਨੇ, ਗੁਰੂ ਗੋਬਿੰਦ ਸਿੰਘ ਦੀ ਬਾਣੀ ਨਹੀਂ ਹੈਗੀ, ਜਿਨ੍ਹਾਂ ਲੋਕਾਂ ਨੂੰ ਦਸਮ ਗ੍ਰੰਥ ਦਾ ਉਚਾਰਨ ਨਹੀਂ ਕਰਨਾ ਆਉਂਦਾ, ਪ੍ਰੋਨਾਂਸੀਏਸ਼ਨ ਨਹੀਂ ਆਉਂਦੀ, ਉਹ ਕਹਿੰਦੇ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਦਾ ਨਹੀਂ ਹੈਗਾ। ਸੁਰਖ ਵਿਚਾਰ ਮੇਰੀ ਮਨ ਦੀ ਮੱਤ ਕੁਛ ਇਸ ਤਰ੍ਹਾਂ ਕਹਿੰਦੀ ਹੈ ਕਿ ਸੱਚੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਕਿ ਸਿਮਰਨ ਦੀਆਂ ਗੱਲਾਂ ਮੈਂ ਦੱਸ ਦੱਸ ਕੇ ਕੀ ਸਮਝਾਵਾਂ, ਤੁਸੀਂ ਬੈਠੋ ਮੇਰੇ ਨਾਲ, ਮਾਰੋ ਚੌਂਕੜਾ, ਧਿਆਨ ਜੋੜੋ ਪਰਿਪੂਰਨ ਪਰਮੇਸ਼ਰ ਦੇ ਵਿੱਚ, ਭਗਵਾਨ ਦੇ ਨਾਲ ਇੱਕਮਿਕ ਹੋਵੋ। ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਜੇ ਮੈਂ ਕਹੂੰਗਾ ਮੈਨੂੰ ਇੰਨਾ ਆਨੰਦ ਹੈ ਇਹ ਮੌਜ ਫਕੀਰਾਂ ਵਾਲੀ ਮਿਲਦੀ ਮਰ ਮਰ ਕੇ, ਤੁਸੀਂ ਕਹੋਗੇ ਝੂਠੇ ਬੋਲਦਾ, ਇਸ ਕਰਕੇ ਆਜੋ ਬੈਠੋ ਚੌਂਕੜਾ ਮਾਰ ਕੇ ਮੇਰੇ ਨਾਲ, ਜਿੰਨਾ ਆਨੰਦ ਮੈਨੂੰ ਆਉਂਦਾ ਓਨਾ ਆਨੰਦ ਤੁਹਾਨੂੰ ਵੀ ਆਵੇਗਾ। ਹੁਣ ਸਾਧ ਸੰਗਤ ਜੀ ਜਪੇਗਾ ਕੌਣ, ਘਰ ਦੇ ਜੰਜਾਲ ਕੌਣ ਛੱਡੇਗਾ, ਬੱਚਿਆਂ ਨੂੰ ਕੌਣ ਛੱਡੇਗਾ, ਕਿਉਂਕਿ ਗ੍ਰਿਹਸਥ ਆਸ਼ਰਮ ਦੇ ਵਿੱਚ ਸਾਡੇ ਸਾਰੇ ਗੁਰੂ ਰਹੇ ਔਰ ਉਹਨਾਂ ਨੇ ਪਰਮੇਸ਼ੁਰ ਐਸਾ ਪ੍ਰਾਪਤ ਕੀਤਾ ਕਿ ਆਪ ਗੁਰੂ ਬਣ ਗਏ। ਅਸੀਂ ਬਹਾਨਾ ਮਾਰ ਦਿੰਦੇ ਹਾਂ ਅਸੀਂ ਤਾਂ ਜੀ ਗ੍ਰਿਹਸਥੀਆਂ, ਸਾਡੇ ਤੋਂ ਨਹੀਂ ਕੋਈ ਕੰਮ ਹੋਣਾ, ਜਦੋਂ 7 ਵਜੇ ਤੱਕ ਸੁੱਤੇ ਪਏ ਨਹੀਂ ਉੱਠਣਾ ਫਿਰ ਕੰਮ ਕੀ ਸੁਆਹ ਹੋਣਾ ਭਾਈ। ਜਿਹੜੇ ਅੰਮ੍ਰਿਤ ਵੇਲਾ ਸੰਭਾਲਣਗੇ, 2 ਵਜੇ ਉੱਠਣਗੇ, 4 ਵਜੇ ਉੱਠਣਗੇ, ਇਸ਼ਨਾਨ ਕਰਨਗੇ, ਸਰੀਰ ਨੂੰ ਐਕਟਿਵ ਕਰਨਗੇ, ਭਗਤੀ ਦੇ ਵਿੱਚ ਲਾਉਣਗੇ, ਚਾਹੇ 6 ਵਜੇ ਭਜਨ ਤੋਂ 6 ਵਜੇ ਹਟ ਕੇ ਕੰਮ ਕਰ ਲਓ ਆਪਦਾ। ਪਹਿਲੇ ਬਜ਼ੁਰਗ ਤਾਂ ਸਾਧ ਸੰਗਤ ਜੀ 6 ਵਜਦੇ ਨੂੰ ਖੇਤ ਵਾਹ ਕੇ ਆ ਜਾਂਦੇ ਹੁੰਦੇ ਸੀ, ਵਾਹੁੰਦੇ ਸੀ ਕਿ ਨਹੀਂ, ਵਾਹੁੰਦੇ ਸੀ। ਇਸ ਕਰਕੇ ਜਦੋਂ ਉਹ ਇੰਨਾ ਕੰਮ ਕਰ ਸਕਦੇ ਨੇ ਅਸੀਂ ਕਿਉਂ ਨਹੀਂ। ਜਦੋਂ ਸਾਡੇ ਬਜ਼ੁਰਗ ਭਗਤੀ ਵੀ ਕਰਦੇ, ਮਨ ਵੀ ਸਾਫ਼ ਹੁੰਦੇ, ਗਮਾਂਢੀ ਦਾ ਵੀ ਭਲਾ ਕਰਦੇ ਹੁੰਦੇ, ਆਪ ਦੀ ਖੇਤੀ ਬਾਅਦ ਵਿੱਚ ਫਸਲ ਸੰਭਾਲਦੇ, ਪਹਿਲਾਂ ਆਪ ਦੇ ਗਮਾਂਢੀ ਨੂੰ ਕਹਿੰਦੇ ਤੂੰ ਸਾਂਭ, ਤੇਰੇ ਕੋਲ ਸਾਧਨ ਨਹੀਂ ਹੈਗਾ, ਆਪਾਂ ਆਪਣੀ ਬਾਅਦ ਵਿੱਚ ਬੀੜੀ ਕਰਕੇ ਵੱਢਿਆ ਕਰਦੇ। ਸੋ ਅੱਜ ਸਾਡੇ ਕੋਲ ਸਾਰੇ ਸਾਧਨ ਨੇ, ਸਭ ਤੋਂ ਵੱਧ ਦੁਖੀ ਬੁੜਿਆਂ ਨੂੰ ਦੱਸੋ ਕਿਹੜਾ ਕੈਂਸਰ ਦੇ ਨਾਲ ਮਰਿਆ, ਕੌਣ ਮਰਿਆ ਕਿ ਕੈਂਸਰ ਵਰਗੀਆਂ ਬਿਮਾਰੀਆਂ ਦੇ ਨਾਲ, ਕਿਸੇ ਨੂੰ ਕੋਈ ਬਿਮਾਰੀ ਨਹੀਂ ਹੈਗੀ ਸੀ।
ਕਿੰਨਾ ਦੇ ਏਸੀ ਲੱਗੇ ਹੋਏ ਸੀ, ਆਪ ਕਿਰਤ ਕਰਨ ਵਾਲੇ। ਸਾਡੇ ਹਲ ਨੂੰ ਤਾਂ ਲੱਗੇ ਨੇ 11-11 ਹਲ, ਤੇ ਉਹ ਬਜ਼ੁਰਗ ਵਿਚਾਰੇ ਇੱਕ ਹਲ ਦੇ ਨਾਲ ਹੀ ਖੇਤ ਵਾਹੁੰਦੇ ਹੁੰਦੇ ਸੀ ਬਲਦਾਂ ਦੇ ਮਗਰ ਮਗਰ। ਅਸੀਂ 5 ਮਿੰਟਾਂ 'ਚ ਖੇਤ ਵਾਹੁਣ ਦੀ ਸਮਰੱਥਾ ਰੱਖਦੇ ਹਾਂ, ਉਹਨਾਂ ਨੂੰ 5 ਘੰਟੇ ਲੱਗਦੇ ਹੁੰਦੇ ਸੀ। ਉਹਨਾਂ 'ਚ ਕ੍ਰੋਧ ਨਹੀਂ ਸੀ ਹੁੰਦਾ, ਨਿਮਰਤਾ ਸੀ। ਰੱਜ ਕੇ ਖਾਂਦੇ ਸੀ, ਰੱਜ ਕੇ ਵਾਹੁੰਦੇ ਸੀ, ਰੱਜ ਕੇ ਕਮਾਉਂਦੇ ਸੀ। ਅਸੀਂ ਖਰਚਾ ਕਰਨਾ ਜਾਣਦੇ ਹਾਂ, ਨਾ ਸਾਡੀਆਂ ਖੁਰਾਕਾਂ ਰਹੀਆਂ, ਨਸ਼ਿਆਂ ਨੇ ਸਾਡੀ ਮੱਤ ਮਾਰ ਦਿੱਤੀ। ਕਿਹੜਾ ਨਾਮ ਜਪੇ, ਕਿਹੜਾ ਭਜਨ ਕਰੇ, ਕਿਹੜਾ ਸਿਮਰਨ। ਤੁਸੀਂ ਕਿਸੇ ਨੂੰ ਕਹਿ ਕੇ ਦੇਖੋ ਵੀ ਭਾਈ ਨਸ਼ਾ ਬਹੁਤ ਮਾੜਾ ਹੁੰਦਾ ਹੈ, ਨਾ ਵਰਤੋ, ਉਹ ਕਹਿਣਗੇ ਅਸੀਂ ਤੈਨੂੰ ਬੁਲਾਉਣਾ ਹੀ ਨਹੀਂ, ਕੱਲ੍ਹ ਤੱਕ ਤੂੰ ਸਾਡਾ ਮਿੱਤਰ ਸੀ, ਅੱਜ ਤੂੰ ਸਾਡਾ ਦੁਸ਼ਮਣ ਹੈ। ਕਹਿ ਕੇ ਦੇਖੋ ਕਿਸੇ ਨੂੰ, ਜ਼ਮਾਨਾ ਹੀ ਐਸਾ ਆ ਗਿਆ। ਸਾਧ ਸੰਗਤ ਜੀ, ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਉਨਮਾਨ, ਕਹਿਬੇ ਕੋ ਸੋਭਾ ਨਹੀਂ, ਮੈਂ ਕਹਿ ਕਹਿ ਕੇ ਕਿੰਨੀ ਕੁ ਸੋਭਾ ਕਰਾਂ, ਅੰਤ ਹੀ ਨਹੀਂ ਆਉਂਦਾ। ਦੇਖਾ ਹੀ ਪ੍ਰਵਾਨ, ਮਾਰੋ ਚੌਂਕੜਾ, ਮੇਰੇ ਨਾਲ ਬਹਿ ਜਾਓ। ਜਦੋਂ 8-10 ਘੰਟੇ ਬਹਿ ਕੇ ਸਿਮਰਨ ਕਰੋਗੇ, ਤੁਹਾਨੂੰ ਪਤਾ ਲੱਗ ਜੂ ਸਿਮਰਨ ਦਾ ਆਨੰਦ ਕੀ ਹੁੰਦਾ ਭਾਈ। ਕਬੀਰ ਦੇਖ ਕਹਿ ਕਿਹ ਕਹੋ, ਕਹਿ ਨਾ ਕੋ ਪਤੀਆਈ। ਇੱਕ ਕੋਲ ਖੜਾ ਕਹਿੰਦਾ ਕੁਛ ਤਾਂ ਕਹਿ ਦਿਓ ਜੀ, ਥੋੜ੍ਹਾ ਜਿਹਾ ਤਾਂ ਕਹਿ ਦਿਓ, ਮਾੜਾ ਜਿਹਾ ਤਾਂ ਦੱਸ ਦਿਓ, ਭਜਨ ਦਾ ਸਵਾਦ ਕਿੰਨਾ ਕੁ ਹੈ। ਭਗਤ ਜੀ ਕਹਿੰਦੇ ਕਾਹਦੇ ਵਾਸਤੇ, ਕਹਿੰਦੇ ਆ ਜਿਹੜੇ ਪੁੱਛਣ ਆਏ ਨੇ ਲੋਕ ਖੁਸ਼ ਹੋ ਜਾਣਗੇ, ਦੁਨੀਆ ਖੁਸ਼ ਹੋ ਜਾਵੇਗੀ, ਥੋੜ੍ਹਾ ਜਿਹਾ ਦੱਸ ਦਿਓ। ਦੇਖ ਕਹਿ ਕਿਹ ਕਹੋ, ਕਹਿ ਕੇ ਨਾ ਕੋ ਪਤੀਆਈ। ਭਗਤ ਜੀ ਕਹਿੰਦੇ ਉਸ ਪ੍ਰਭੂ ਦਾ ਦੀਦਾਰ ਕਰਕੇ ਮੈਂ ਦੱਸ ਹੀ ਨਹੀਂ ਕੁਝ ਸਕਦਾ, ਦੱਸਿਆ ਜੇ ਕਿਸੇ ਨੂੰ ਮੈਂ ਤਾਂ ਅਗਲੇ ਨੂੰ ਤਸੱਲੀ ਨਹੀਂ ਹੋਣੀ। ਹੁਣ ਤੁਸੀਂ ਦੱਸੋ ਅਵਸਥਾ ਕਿੱਦਾਂ ਉੱਚੀ ਕਰੋਗੇ। ਤੁਸੀਂ ਕਹੋ ਜਿਹੜੇ ਤਾਂ ਜੁੜ ਗਏ, ਜਿਨ੍ਹਾਂ ਨੇ ਤਾਂ ਸੋਚ ਲਿਆ ਵੀ ਜਿੰਨਾ ਕੁਛ ਅਸੀਂ ਸੁਣਿਆ ਇਹ ਸਾਰਾ ਕਮਾਉਣਾ, ਉਹ ਤਾਂ ਇੱਕ ਦਿਨ ਉੱਥੇ ਪਹੁੰਚ ਜਾਣਗੇ। ਹੁਣ ਜਿਹੜਾ ਪਹਿਲੀ ਦੇ ਵਿੱਚੋਂ ਹਟਿਆ, ਜਿਹਨੂੰ ਊੜਾ ਹੀ ਲਿਖਣਾ ਆਉਂਦਾ ਇਕੱਲਾ, ਉਹ BA BEd ਲਾਅ ਦੀਆਂ ਕਿਤਾਬਾਂ, MTech BTech BSc ਇੱਥੋਂ ਤੱਕ ਦੀਆਂ ਪੜ੍ਹਾਈਆਂ ਨੂੰ ਕੀ ਸਮਝਦਾ ਜਿਹਨੂੰ ਊੜਾ ਹੀ ਆਉਂਦਾ ਇਕੱਲਾ। ਹੁਣ ਜਿਹੜਾ ਸਿਮਰਨ ਦੇ ਵਿੱਚ ਚੱਲਿਆ ਤਾਂ ਗਿਆ, ਜਪਣਾ ਆਉਂਦਾ ਨਹੀਂ, ਉਹ ਤਾਂ ਵਿਚਾਰਾ ਪਹਿਲੀ ਕਲਾਸ ਕੱਚੀ ਜਮਾਤ ਵਾਲਾ ਹੀ ਹੈ ਨਾ ਉਹ। ਇਸ ਕਰਕੇ ਭਗਤ ਜੀ ਕਹਿੰਦੇ ਵੀ ਮੈਂ ਜੇ ਦੱਸ ਵੀ ਦਿੱਤਾ ਨਾ ਤੁਹਾਨੂੰ ਤਸੱਲੀ ਨਹੀਂ ਹੋਣੀ, ਕਿਉਂਕਿ ਜਗਤ ਵਿੱਚ ਕੋਈ ਐਸੀ ਵਸਤੂ ਹੈ ਕਿ ਨਹੀਂ ਨਾਮ ਦੇ ਬਰਾਬਰ, ਜਿਹਦੇ ਵੱਲ ਮੈਂ ਇਸ਼ਾਰਾ ਕਰਕੇ ਕਹਿ ਦਵਾਂ ਇਹਦੇ ਜਿੰਨਾ ਸਵਾਦ ਆਉਂਦਾ। ਕੋਈ ਹੈ ਹੀ ਨਹੀਂ ਦੁਨੀਆਂ 'ਤੇ ਵਸਤੂ, ਸਭ ਤੋਂ ਸ੍ਰੇਸ਼ਟ ਵਸਤੂ ਨਾਮ ਹੈ ਨਾਮ, ਉਹਦੇ ਬਰਾਬਰ ਉਹਦੇ ਤੁਲ ਕੋਈ ਹੈ ਹੀ ਨਹੀਂ। ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾ ਕੇ ਸੇ ਨਾਨਕ ਹਰ ਰੰਗ ਮਾਣ ਦੋ। ਕਹਿੰਦੇ ਅਮੋਲਕ ਹੈ, ਕਾਊਂਟਲੈਸ, ਅਮਾਊਂਟਲੈਸ, ਇਹਦੀ ਕੋਈ ਕੀਮਤ ਨਹੀਂ ਹੈ, ਇਹਦਾ ਕੋਈ ਤੋਲ ਨਹੀਂ, ਇਹਦਾ ਕੋਈ ਮੋਲ ਨਹੀਂ ਹੈ। ਇਹ ਤਾਂ ਜਿਨ ਹਰ ਪਾਇਆ ਤਿਨੇ ਛੁਪਾਇਆ, ਇਹ ਤਾਂ ਜਿਹੜਾ ਭਗਤੀ ਕਰੇਗਾ ਆਨੰਦ ਲਵੇਗਾ ਗੁਪਤ ਹੋ ਜਾਵੇਗਾ। ਫਿਰ ਜਿਹੜੇ ਭੌਰੇ ਨੇ ਉਹਨੂੰ ਜਾ ਕੇ ਲੱਭਣਗੇ, ਕਿਉਂਕਿ ਜਿੱਥੇ ਫੁੱਲ ਲੋਟਸ ਫਲਾਵਰ, ਜਿੱਥੇ ਕਮਲ ਦਾ ਫੁੱਲ ਹੁੰਦਾ ਹੈ, ਭੌਰੇ ਆਪ ਜਾ ਕੇ ਲੱਭਦੇ ਨੇ, ਕਮਲ ਦਾ ਫੁੱਲ ਭੌਰਿਆਂ ਕੋਲ ਨਹੀਂ ਜਾਂਦਾ, ਲੱਭ ਲੈਂਦੇ ਨੇ। ਜਿੱਥੇ ਬੰਦਗੀ ਵਾਲੀ ਰੂਹ ਬੈਠੀ
ਸਿਮਰਨ ਪੜਾ ਰਹੇ ਹਾਂ। ਅਸੀਂ ਕਿਤਨੇ ਸਰੀਰ ਸਤਿਗੁਰਾਂ ਦੀ ਹਜ਼ੂਰੀ 'ਚ ਬੈਠੇ ਹਾਂ, ਕਿਤਨੇ ਸਰੀਰ ਨੇ ਜਿਹੜੇ ਕਹਿਣਗੇ ਕਿ ਮੈਂ ਆਪਣੇ ਬੇਟੇ ਨੂੰ ਗ੍ਰੰਥੀ ਬਣਾਉਣ ਵਾਸਤੇ ਵਿੱਦਿਆ ਪੜ੍ਹਾ ਰਿਹਾ। ਸਾਡੀ ਅਰਦਾਸ ਕਰੋ, ਅਸੀਂ ਇੱਕ ਮਹੀਨੇ ਦੇ ਵਿੱਚ 101 ਸੁਖਮਨੀ ਸਾਹਿਬ ਦੇ ਪਾਠ ਕਰਿਆ ਕਰਾਂਗੇ। ਮਿਲ ਜੂ ਕੋਈ? ਜਿਹੜਾ ਕੋਈ ਕਵੇ ਕਿ ਮੇਰੇ ਕੋਈ ਐਸੀ ਅਰਦਾਸ ਕਰ ਦਿਓ ਕਿ ਮੇਰਾ ਸਵਾਹ ਸਵਾਹ ਸਿਮਰਨ ਚੱਲ ਪਵੇ, ਨਹੀਂ। ਇੱਕ ਦੋ ਪ੍ਰੇਮੀ ਐਸੇ ਸਾਡੇ ਪਾਸ ਆਏ, ਪੰਜਾਬ ਤੋਂ ਬਾਹਰ ਦੇ ਥੋੜ੍ਹੇ ਦਿਨ ਹੋਏ ਨੇ, ਆਪਣੇ ਸੰਤ ਆਸ਼ਰਮ ਵਿਖੇ ਆਏ ਸੀ। ਕਹਿੰਦੇ ਜੀ, ਪਹਿਲਾਂ ਸਾਡਾ ਪਰਿਵਾਰ ਬੜਾ ਨਾਮ ਜਪਦਾ ਹੁੰਦਾ ਸੀ, ਸਾਰੇ ਸਾਨੂੰ ਬਾਬੇ ਬਾਬੇ ਕਹਿਣ ਲੱਗ ਗਏ। ਸਾਡੀ ਅਰਦਾਸ ਕਰੋ ਵੀ ਅਸੀਂ ਗੁਟਕਾ ਹੀ ਨਾ ਚੱਕੀਏ, ਅਸੀਂ ਪਾਠ ਹੀ ਨਾ ਕਰੀਏ, ਐਵੇਂ ਲੋਕ ਸਾਨੂੰ ਬਾਬੇ ਕਹਿ ਕੇ ਬੁਲਾਉਣ ਲੱਗ ਗਏ। ਮੈਂ ਕਿਹਾ ਤੁਹਾਨੂੰ ਪਤਾ ਬਾਬੇ ਕੀ ਹੁੰਦਾ? ਕਹਿੰਦੇ ਚੋਲਿਆਂ ਵਾਲੇ, ਚਿੱਟੇ ਕੱਪੜਿਆਂ ਵਾਲੇ। ਮੈਂ ਕਿਹਾ ਮੂਰਖ ਲੋਕੋ, ਬਾਬੇ ਦਾ ਮਤਲਬ ਹੁੰਦਾ ਪਿਓ ਦਾ ਵੀ ਪਿਓ। ਦਾਦੇ ਨੂੰ ਬਾਬਾ ਨਹੀਂ ਸੀ ਕਹਿੰਦੇ ਆਪਾਂ? ਦਾਦੇ ਨੂੰ ਬਾਬਾ ਕਹਿੰਦੇ ਸੀ ਆਪਾਂ। ਪਿਓ ਦਾ ਵੀ ਪਿਓ, ਤੁਹਾਨੂੰ ਇੰਨਾ ਸਤਿਕਾਰ ਮਿਲ ਰਿਹਾ, ਤੁਹਾਨੂੰ ਬਾਬਾ ਜੀ ਕਹਿੰਦੇ ਨੇ, ਤੁਹਾਨੂੰ ਦਾਦਿਆਂ ਜਿਤਨਾ ਸਤਿਕਾਰ ਦੇ ਰਹੇ। ਕਹਿੰਦੇ ਨਾ ਜੀ, ਸਾਥੋਂ ਨਹੀਂ ਚੱਕਿਆ ਜਾਂਦਾ ਆ ਦਾਦਿਆਂ ਦਾ ਸਤਿਕਾਰ। ਸਾਨੂੰ ਤਾਂ ਮਿਸਟਰ ਸਿੰਘ ਕਹਿ ਕੇ ਬੁਲਾਉਣ ਹੀ ਚੰਗਾ ਲੱਗਦਾ, ਮਿਸਟਰ ਸਿੰਘ ਵਧੀਆ ਲੱਗਦਾ, ਬਾਬਾ ਜੀ ਨਹੀਂ ਵਧੀਆ ਲੱਗਦਾ। ਲੈ ਉਹ ਅਰਦਾਸ ਕਰਵਾ ਕੇ ਗਏ ਵੀ ਅਸੀਂ ਪਾਠ ਨਾ ਕਰੀਏ, ਭਜਨ ਨਾ ਕਰੀਏ, ਸਿਮਰਨ ਨਾ ਕਰੀਏ, ਸਾਡੀ ਅਰਦਾਸ ਕਰ ਦਿਓ, ਸਾਥੋਂ ਬਹੁਤਾ ਹੋ ਗਿਆ। ਐਸੇ ਵੀ ਲੋਕ ਨੇ, ਅਸੀਂ ਮਿਲਾ ਵੀ ਸਕਦੇ ਹਾਂ, ਅਸੀਂ ਗੱਲ ਵੀ ਕਰਵਾ ਸਕਦੇ ਹਾਂ ਫੋਨ 'ਤੇ, ਤੁਹਾਡੀ ਸਿੰਘ ਤਾਂ ਮਿਲੇ ਨੇ ਸਾਡੇ। ਸੋ ਕਹਿਣ ਦਾ ਮਤਲਬ, ਅਸੀਂ ਜਿੱਥੇ ਵੀ ਜਾਂਦੇ ਹਾਂ, ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾ ਰੇ, ਜਿੱਥੇ ਜਾਂਦੇ ਹਾਂ ਸਾਡਾ ਮਨ ਨਾਮ ਨਹੀਂ ਮੰਗਦਾ, ਸਾਡਾ ਮਨ ਹੈ ਮੱਥਾ ਟੇਕੇ, ਕਹੋ ਸੱਚੇ ਪਾਤਸ਼ਾਹ ਕਿਰਪਾ ਰੱਖਿਓ, ਤੰਦਰੁਸਤੀਆਂ ਬਖਸ਼ੋ, ਮਾਲ ਡੰਗਰ 'ਤੇ ਕਿਰਪਾ ਕਰੋ, ਨਗਰ ਖੇੜੇ ਸੁੱਖ। ਇੱਕ ਵੀ ਲਫ਼ਜ਼ ਐਸਾ ਨਹੀਂ ਕਿ ਮੇਰੇ ਸਵਾਸ ਸਵਾਸ ਸਿਮਰਨ ਚੱਲ ਪਵੇ। ਹੁਣ ਜੇ ਅਸੀਂ ਕਹੀਏ ਤੁਸੀਂ ਸਿਮਰਨ ਕਿੰਨੇ ਘੰਟੇ ਕਰਦੇ ਹੋ? ਕਹਿੰਦੇ ਜੀ, ਜਦੋਂ ਮੈਨੂੰ ਛਿੱਕ ਆਉਂਦੀ ਉਦੋਂ ਮੈਂ ਵਾਹਿਗੁਰੂ ਕਹਿ ਦਿੰਦਾ, ਜਦੋਂ ਡਕਾਰ ਜਿਹਾ ਆਉਂਦਾ ਉਦੋਂ ਵਾਹਿਗੁਰੂ ਕਹਿ ਦਿੰਦਾ, ਜਾਂ ਤੁਰਿਆ ਤੁਰਿਆ ਜਾਂਦਾ ਜੇ ਕਿਤੇ ਅੜਕ ਕੇ ਡਿੱਗਣ ਲੱਗਾ ਉਹ ਤੇਰੀ ਵਾਹਿਗੁਰੂ, ਉਦੋਂ ਵਾਹਿਗੁਰੂ ਕਹਿ ਦਿੰਦਾ। ਦੱਸੋ ਫਿਰ, ਕਹਿੰਦੇ ਜੀ ਅਸੀਂ ਤਾਂ ਬਹੁਤਾ ਪਾਠ ਕਰਦੇ ਹਾਂ ਜੀ, ਕੰਮ ਪਤਾ ਨਹੀਂ ਕਿਉਂ ਨਹੀਂ ਠੀਕ ਹੁੰਦੇ। ਦੱਸੋ ਇਹ ਕਿੰਨਾ ਕੁ ਸਿਮਰਨ ਹੋ ਗਿਆ? ਛਿੱਕ ਮਾਰ ਕੇ ਵਾਹਿਗੁਰੂ ਕਹਿਤਾ, ਦੱਸੋ ਸਵਾਸ ਸਵਾਸ ਸਿਮਰਨ ਹੈ ਸਾਡਾ? ਨਹੀਂ, ਇਹ ਸਾਡਾ ਸੰਸਾਰੀ ਵਸਤੂਆਂ ਕਰਕੇ ਗਏ। ਕੁਝ ਕੁ ਸਮਾਂ ਤਾਂ ਦੋ ਵਾਹਿਗੁਰੂ ਜੀ ਨੂੰ, ਤਾਂ ਕਿ ਸਾਡੇ ਕਾਰਜ ਹੀ ਸਵਰ ਜਾਣ। ਸਾਡਾ ਮੁਕਤੀ ਰੂਪੀ ਕਾਰਜ ਸਭ ਤੋਂ ਜ਼ਰੂਰੀ ਹੈ, ਉਹ ਸਵਰ ਗਿਆ ਸਾਰੇ ਕੰਮ ਸਵਰ ਜਾਣਗੇ। ਕਬੀਰ ਅੰਬਰ ਕਨਹਰ ਛਾਇਆ, ਬਰਖ ਭਰੇ ਸਰਤਾਲ। ਕਬੀਰ ਜੀ ਫੁਰਮਾਨ ਕਰਦੇ ਨੇ, ਵਰਖਾ ਦੀ ਰੁੱਤੇ, ਜਿਵੇਂ ਹੁਣ ਆਪਾਂ ਸਾਉਣ ਭਾਦੋਂ ਦੇ ਦਿਨ ਚੱਲ ਰਹੇ ਨੇ, ਵਰਖਾ ਦੀ ਰੁੱਤ ਵਿੱਚ ਬੱਦਲ ਆਕਾਸ਼ ਦੇ ਵਿੱਚ ਚਾਰ ਛੁਪੇਰੇ ਵਿਛਿਆ ਹੁੰਦਾ,
ਵਰਖਾ ਕਰਕੇ ਨਿੱਕੇ ਵੱਡੇ ਸਾਰੇ ਸਰੋਵਰ ਤਲਾਬ ਭਰ ਦਿੰਦਾ। ਆ ਦੇਖਦੇ ਹਾਂ ਨਾ ਆਪਾਂ ਲੁਧਿਆਣੇ ਵਾਲੇ, ਲੁਧਿਆਣੇ ਵਰਗੇ ਸ਼ਹਿਰ ਵਿੱਚੋਂ ਜਦੋਂ ਲੰਘਦੇ ਹਾਂ ਆਪਾਂ, ਸਾਧ ਸੰਗਤ ਜੀ ਨਾ ਟੋਏ ਦਿਖਦੇ ਨੇ ਨਾ ਸੜਕ ਦਿਖਦੀ, ਸਾਰਾ ਬਰਾਬਰ ਹੋ ਜਾਂਦਾ। ਚਾਤ੍ਰਿਕ ਜਿਉਂ ਤਰਸਤ ਰਹਿ ਤਿੰਨ ਕੋ ਨਖਵਾ। ਪਰ ਕਹਿੰਦੇ ਪਪੀਗਾ ਫਿਰ ਵੀ ਵਰਖਾ ਦੀ ਬੂੰਦ ਨੂੰ ਤਰਸਦਾ, ਕੂਕਦਾ ਹੀ ਰਹਿੰਦਾ ਹੈ। ਪਰਮਾਤਮਾ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੈ, ਪਰ ਮਾਇਆ ਦੀ ਮਮਤਾ ਵਿੱਚ ਫਸੇ ਹੋਏ ਜੀਵ ਉਸਦਾ ਦਰਸ਼ਨ ਨਹੀਂ ਕਰ ਸਕਦੇ, ਉਹਦੇ ਸਿਮਰਨ ਵਿੱਚ ਨਹੀਂ ਜੁੜ ਸਕਦੇ। ਮਾਇਆ ਦੀ ਮਮਤਾ 'ਚ ਫਸੇ ਹੋਏ ਸਾਧ ਸੰਗਤ ਜੀ, ਚਾਹੇ ਵਾਹਿਗੁਰੂ ਦਾ ਨਾਮ ਸਿਮਰਨ ਸਾਡੇ ਘਰ ਵਿੱਚ ਵਰਖ ਰੇਖਾ ਹੋਵੇ, ਅੱਜ ਅਸੀਂ ਵਿਚਾਰ ਕਰਿਆ, ਕਿਉਂਕਿ ਇਹਦੇ ਵਿੱਚ ਅਸੀਂ ਸੰਸਾਰੀ ਲਫਜ਼ਾਂ ਦੀ ਵਰਤੋਂ ਨਹੀਂ ਨਾ ਕਰ ਰਹੇ, ਕੇਵਲ ਤੋਂ ਕੇਵਲ ਨਾਮ ਦੀਆਂ ਗੱਲਾਂ, ਕੇਵਲ ਤੋਂ ਕੇਵਲ ਗੁਰਬਾਣੀ ਦੀਆਂ ਗੱਲਾਂ, ਗੁਰਬਾਣੀ ਦੀ ਅਰਥ ਵਿਚਾਰ ਹੋ ਰਹੀ ਹੈ। ਇਸ ਕਰਕੇ ਸਾਧ ਸੰਗਤ ਜੀ, ਇਹ ਸਾਡੇ 'ਤੇ ਨਾਮ ਦੀ ਵਰਖਾ ਹੋ ਰਹੀ ਹੈ, ਭਜਨ ਸਿਮਰਨ ਬੰਦਗੀ ਦੀ ਵਰਖਾ ਹੋ ਰਹੀ ਹੈ। ਜਦੋਂ ਅਸੀਂ ਇਸ ਵਰਖਾ ਦੇ ਵਿੱਚ ਇਸ਼ਨਾਨ ਕਰਦੇ ਹਾਂ, ਫਿਰ ਸਾਡਾ ਆਇਆ ਸਫਲਾ ਹੁੰਦਾ। ਨਹੀਂ ਤਾਂ ਸਾਧ ਸੰਗਤ ਜੀ, ਜਦੋਂ ਨਾਮ ਦੀ ਸਿਮਰਨ ਦੀ ਭਜਨ ਦੀ ਬੰਦਗੀ ਦੀ ਵਰਖਾ ਹੋ ਰਹੀ ਹੋਵੇ, ਸਾਡਾ ਮਨ ਕਿਤੇ ਸੰਸਾਰੀ ਗੱਲਾਂ ਦੇ ਵਿੱਚ ਰੁੱਝਿਆ ਹੋਵੇ, ਜਾਂ ਇਹ ਹੋਵੇ ਕਿ ਕਦੋਂ ਕੰਮ ਮੁੱਕੇਗਾ, ਕਦੋਂ ਭੋਜਨ ਛਕਾਂਗੇ, ਜੇ ਸਾਧ ਸੰਗਤ ਇਹਨਾਂ ਚੀਜ਼ਾਂ ਦੇ ਵਿੱਚ ਅਸੀਂ ਜੁੜੇ ਰਹਿ ਕੇ ਨਾਮ ਵੱਲੋਂ, ਸਿਮਰਨ ਵੱਲੋਂ, ਭਜਨ ਅਤੇ ਬੰਦਗੀ ਵੱਲੋਂ ਟੁੱਟੇ ਰਹਿ ਕੇ, ਫਿਰ ਤਾਂ ਸਾਡਾ ਆਇਆ ਸਫਲ ਹੀ ਨਾ ਨਾ ਹੋਇਆ। ਫਿਰ ਤਾਂ ਜੋ ਨਾਮ ਦੀ ਵਰਖਾ ਹੋ ਰਹੀ ਹੈ, ਇਹਦਾ ਸਾਡੇ 'ਤੇ ਅਸਰ ਹੀ ਨਾ ਹੋਇਆ। ਇਸ ਕਰਕੇ ਸਾਧ ਸੰਗਤ ਜੀ, ਸਾਡਾ ਆਇਆ ਤਦ ਹੀ ਸਫਲਾ ਹੋ ਸਕਦਾ ਹੈ ਜੇ ਅਸੀਂ ਪਰਮੇਸ਼ਰ ਵਾਲੇ ਪਾਸੇ ਲੱਗੀਏ, ਨਹੀਂ ਤਾਂ ਅਸੀਂ ਪਪੀਹੇ ਵਾਂਗੂ ਤਰਸਦੇ ਹੀ ਰਹਿ ਜਾਵਾਂਗੇ ਨਾਮ ਅਤੇ ਭਜਨ ਸਿਮਰਨ ਦੀ ਵਰਖਾ ਤੋਂ। ਅੱਜ ਦੀ ਕਥਾ ਦਾ ਆਖਰੀ ਸਲੋਕ ਹੈ, ਕਬੀਰ ਚਕਈ ਜੋ ਨਿਸ ਵਿਛੜੈ ਆਏ ਮਿਲੈ ਪ੍ਰਭਾਤ। ਇੱਕ ਚੱਕਵੀ ਅਤੇ ਚੱਕਵਾ ਛੋਟੇ ਛੋਟੇ ਚਿੜੀਆਂ ਵਰਗੇ ਦੋ ਪੰਛੀ ਨੇ। ਜਦੋਂ ਸ਼੍ਰੀ ਰਾਮ ਦਾ ਸੀਤਾ ਦੇ ਨਾਲੋਂ ਵਿਛੋੜਾ ਪਿਆ ਸੀ, ਉਦੋਂ ਗ੍ਰੰਥਾਂ 'ਚ ਲਿਖਿਆ ਕਿ ਦਰਖਤ ਵੀ ਗੱਲਾਂ ਕਰਦੇ ਸੀ, ਪੰਛੀ ਵੀ ਗੱਲਾਂ ਕਰਿਆ ਕਰਦੇ ਸਨ। ਸ਼੍ਰੀ ਰਾਮ ਚੰਦਰ ਜੀ ਰੋ ਰਹੇ ਸੀ, ਭੁੱਬਾਂ ਮਾਰ ਰਹੇ ਸੀ, ਅਤੇ ਉਸ ਵੇਲੇ ਚੱਕਵਾ ਅਤੇ ਚੱਕਵੀ ਹੱਸ ਪਏ ਸ਼੍ਰੀ ਰਾਮ ਨੂੰ ਦੇਖ ਕੇ। ਕਹਿੰਦੇ ਹੋਮੇ ਤੂੰ ਸਮੇਂ ਦਾ ਭਗਵਾਨ, ਸਮੇਂ ਦਾ ਰੱਬ, ਅਤੇ ਘਰ ਵਾਲੇ ਦੇ ਵਿਛੋੜੇ 'ਚ ਹੀ ਰੋਈ ਜਾਵੇਂ, ਕਾਹਦਾ ਰੱਬ ਹੈ ਤੂੰ। ਜਦੋਂ ਐਂ ਕਿਹਾ ਨਾ, ਉਹਨਾਂ ਦਾ ਖਿਰਦਾ ਵੈਰਾਗ ਦੇ ਨਾਲ ਭਰਿਆ ਪਿਆ ਸੀ, ਅੰਤਾਂ ਦਾ ਵੈਰਾਗ ਸੀ ਉਹਨਾਂ ਦੇ ਖਿਰਦੇ ਦੇ ਵਿੱਚ। ਉਹਨਾਂ ਨੇ ਸਰਾਫ ਦੇ ਦਿੱਤਾ ਸੀ ਕਿ ਤੁਸੀਂ ਮੇਰਾ ਸੀਤਾ ਦੇ ਨਾਲੋਂ ਵਿਛੋੜਾ ਪਿਆ ਅਤੇ ਹੱਸਦੇ ਹੋ, ਮਖੌਲ ਕਰਦੇ ਹੋ, ਤੁਸੀਂ ਹਰੇਕ ਰਾਤ ਇੱਕ ਦੂਜੇ ਤੋਂ ਵਿਛੜ ਜਾਇਆ ਕਰੋਗੇ, ਤੁਹਾਡਾ ਕਦੇ ਮਿਲਾਪ ਹੀ ਨਹੀਂ ਹੋਏਗਾ, ਸਾਰਾ ਦਿਨ ਇਕੱਠੇ ਰਹੋਗੇ, ਸਾਰੀ ਰਾਤ ਵਿਛੜੇ ਰਹੋਗੇ। ਮੈਂ ਤਾਂ ਮਿਲ ਲੂੰਗਾ ਸੀਤਾ ਨੂੰ, ਪਰ ਤੁਸੀਂ ਜਿੰਨੀ ਦੇਰ ਤੱਕ ਸ੍ਰਿਸ਼ਟੀ ਰਹੇਗੀ ਉਤਨੀ ਦੇਰ ਤੱਕ ਦਿਨੇ ਇਕੱਠੇ ਰਾਤ ਨੂੰ ਵਿਛੜੇ ਰਿਹਾ ਕਰੋਗੇ। ਇਹ ਸਰਾਪ ਦਿੱਤਾ ਸੀ। ਚੱਕਈ ਜੋ ਨਿਸ ਵਿਛੜੈ ਆਏ ਮਿਲੇ ਪ੍ਰਭਾਤ। ਕਹਿੰਦੇ ਭਾਈ, ਜਿਵੇਂ ਚੱਕਵੀ ਅਤੇ ਚੱਕਵਾ
ਰਾਤ ਹੋਣ ਸਾਰ ਵਿਛੜ ਜਾਂਦੇ ਨੇ ਪਰ ਉਹਨਾਂ 'ਚ ਖਾਸੀਅਤ ਹੈ ਸਵੇਰ ਹੋਣ ਸਾਰ ਫਿਰ ਮਿਲ ਜਾਂਦੇ ਨੇ। ਜਦੋਂ ਰਾਤ ਹੋਈ, ਈਵਨਿੰਗ ਟਾਈਮ ਹੋਇਆ, ਨਾਈਟ ਟਾਈਮ ਹੋਇਆ, ਉਦੋਂ ਵਿਛੋੜਾ ਪੈ ਗਿਆ, ਸੈਪਰੇਟ ਹੋ ਗਏ। ਜਦੋਂ ਸਾਰੀ ਰਾਤ ਨਿਕਲ ਗਈ, ਚਾਨਣ ਹੋਇਆ, ਸੂਰਜ ਦੀ ਟਿੱਕੀ ਨਿਕਲੀ, ਆਲ ਟੁਗੈਦਰ ਦੁਬਾਰਾ ਫਿਰ ਇਕੱਠੇ ਹੋ ਗਏ, ਟੁਗੈਦਰ ਹੋ ਗਏ, ਦੋਨੋਂ ਜਾਣੇ ਇਕੱਠੇ ਹੋ ਗਏ। ਉਹ ਤਾਂ ਇਕੱਠੇ ਹੋ ਗਏ ਪਰ ਇਹ ਮਨਮੁੱਖ ਬੰਦੇ ਆ, ਇਹ ਰੱਬ ਤੋਂ ਟੁੱਟਿਆ ਹੋਇਆ, ਇਹ ਭਗਵਾਨ ਤੋਂ ਵਿਛੜਿਆ ਹੋਇਆ। ਸੁਣ, ਤੈਨੂੰ ਭਗਤ ਕਬੀਰ ਕੀ ਕਹਿੰਦੇ ਨੇ, ਜੋ ਨਰ ਵਿਛੜੇ ਰਾਮ ਸਿਓ, ਨਾ ਦਿਨ ਮਿਲੇ ਨਾ ਰਾਤ। ਉਹ ਜਿਹੜਾ ਬੰਦਾ ਰੱਬ ਨਾਲੋਂ ਵਿਛੜ ਗਿਆ, ਰੱਬ ਨਾਲੋਂ ਦੂਰ ਚੱਲਿਆ ਗਿਆ, ਜਿਹਦਾ ਰੱਬ ਨਾਲੋਂ ਵਿਛੋੜਾ ਪੈ ਗਿਆ, ਸਾਧੂ ਸੰਤਾਂ ਨਾਲੋਂ ਵਿਛੋੜਾ ਪੈ ਗਿਆ, ਬੰਦਗੀ ਵੱਲੋਂ ਨਾਮ ਵੱਲੋਂ ਵਿਛੋੜਾ ਪੈ ਗਿਆ, ਉਹ ਤਾਂ ਚੱਕਵਾ ਅਤੇ ਚੱਕਵੀ ਤੋਂ ਵੀ ਭੈੜਾ ਹੈ। ਉਹ ਤਾਂ ਸਵੇਰ ਹੁੰਦੀ ਸਾਰ ਮਿਲ ਵੀ ਲੈਣਗੇ, ਪਰ ਜਿਹੜਾ ਰੱਬ ਨਾਲੋਂ ਵਿਛੋੜਾ ਪੈ ਗਿਆ ਉਹਨੇ ਤਾਂ ਕਦੇ ਰੱਬ ਨੂੰ ਮਿਲਣਾ ਹੀ ਨਹੀਂ। ਉਹ ਤਾਂ ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ। ਸਾਧ ਸੰਗਤ ਜੀ ਜਿਹੜੇ ਰੱਬ ਤੋਂ ਵਿਛੜ ਗਏ ਉਹਨੂੰ ਜਨਮਾਂ ਜਨਮੰਤਰਾਂ ਦੇ ਰੋਗ ਲੱਗ ਜਾਂਦੇ ਨੇ। ਕਿਹੜਾ ਰੋਗ ਲੱਗਦਾ? ਆ ਜਿਹੜੀਆਂ ਜੂਨਾਂ ਨੇ, ਆਪਾਂ ਕਹਿੰਦੇ ਹਾਂ ਨਾ 84 ਲੱਖ ਜੂਨਾਂ ਤੋਂ ਬਾਅਦ ਸਾਨੂੰ ਮਨੁੱਖਾ ਜਨਮ ਮਿਲ ਜੂ। ਸਾਧ ਸੰਗਤ ਜੀ 83,99,999 ਜੂਨਾਂ ਤੋਂ ਬਾਅਦ, ਇਹਨਾਂ ਸਾਰੀਆਂ ਜੂਨਾਂ ਦਾ ਨਾ ਕਿੰਨੀ ਕਿੰਨੀ ਉਮਰ ਹੈ, ਇੱਕ ਇੱਕ ਜੂਨ ਦੀ ਇਹ ਸਾਰਾ ਐਸਟੀਮੇਟ ਲੱਗ ਚੁੱਕੇ ਹੈ। 7.5 ਅਰਬ ਸਾਲ ਹੈ, 75 ਦੇ ਨਾਲ 9 ਜ਼ੀਰੋਆਂ ਲਾ ਦਿਓ, ਕਿੰਨੀ ਉਮਰ ਬਣ ਗਈ। ਇੰਨੀ ਉਮਰ ਭੋਗਣ ਤੋਂ ਬਾਅਦ ਫਿਰ ਮਨੁੱਖਾ ਜਨਮ ਮਿਲਣਾ। ਐਵੇਂ ਨਹੀਂ ਅੱਜ ਮਰ ਗਏ ਕੱਲ੍ਹ ਨੂੰ ਫਿਰ ਮਨੁੱਖ ਬਣ ਗਏ, ਇੱਦਾਂ ਥੋੜ੍ਹਾ ਹੁੰਦਾ। 84,00,000 ਜੂਨ ਉਪਾਈ, ਇਹ ਸਾਰੀ ਜੂਨ ਦੇ ਵਿੱਚੋਂ ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਂਦਾ। ਉਹਨੂੰ ਸਦੀਵ ਕਾਲ ਦੁੱਖਾਂ ਦੇ ਵਿੱਚ ਜਾਣਾ ਪਵੇਗਾ। ਉਹਨੂੰ ਕਿਹਾ ਜਾਂਦਾ ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਉਹਦਾ ਜੀਵਨ ਵਿਅਰਥ ਜਾ ਰਿਹਾ ਹੈ। ਸੋ ਸਾਧ ਸੰਗਤ ਜੀ, ਅਸੀਂ ਉਹ ਨਹੀਂ ਬਣਨਾ ਜਿਹੜੇ ਪਰਮੇਸ਼ਰ ਤੋਂ ਵਿਛੜ ਕੇ ਇਸ ਸੰਸਾਰ ਤੋਂ ਜਾਣਗੇ, ਜਿਨ੍ਹਾਂ ਨੂੰ ਮਨਮੁੱਖਾਂ ਦਾ ਦਰਜਾ ਮਿਲੇਗਾ। ਅਸੀਂ ਉਹ ਬਣਨਾ ਹੈ ਜਿਹੜੇ ਗੁਰਮੁਖ ਨੇ, ਜਿਹੜੇ ਸਾਧੂ ਨੇ, ਜਿਹੜੇ ਬੰਦਗੀ ਵਾਲੇ ਨੇ, ਜਿਹੜੇ ਨਾਮ ਵਾਲੇ ਨੇ, ਭਜਨ ਸਿਮਰਨ ਵਾਲੇ ਨੇ, ਜਿਨ੍ਹਾਂ ਦੀ ਸੰਗਤ ਕਰਕੇ ਸਾਡਾ ਆਇਆ ਸਫਲਾ ਹੋ ਜਾਵੇਗਾ, ਸਾਡੇ ਲੋਕ ਸੁਖੀਏ, ਪਰਲੋਕ ਸੁਖੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਹੋ ਜਾਵੇਗਾ। ਉਹਨਾਂ ਦੀ ਸੰਗਤ ਕਰਨੀ ਹੈ, ਗੁਰੂ ਦੀ ਸੰਗਤ ਕਰਨੀ, ਭਜਨ ਸਿਮਰਨ ਬੰਦਗੀ ਕਰਕੇ ਆਪਣਾ ਆਇਆ ਸਫਲਾ ਕਰਨਾ ਹੈ। ਰਹਿੰਦੀਆਂ ਵਿਚਾਰਾਂ, ਕੱਲ੍ਹ ਦੇ ਦੀਵਾਨ ਵਿੱਚ ਆਪਾਂ ਇਸੇ ਟਾਈਮ 7:30 ਵਜੇ ਤੋਂ ਲੈ ਕਰਕੇ 8:30 ਵਜੇ ਤੱਕ ਕਰਾਂਗੇ। ਬੋਲਦਿਆਂ ਵਿਚਾਰਦਿਆਂ ਅਨੇਕਾਂ ਹੋਈਆਂ ਗਲਤੀਆਂ ਕਿਰਪਾ ਕਰਕੇ ਮਾਫ਼ ਕਰਨੀਆਂ ਜੀ। ਦੇਵੋ ਅਸੀਸ, ਬੁਲਾਓ ਫਤਿਹ,
ਸਭ ਸੰਗਤਾਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।